ਸਤਿ ਸ੍ਰੀ ਅਕਾਲ ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਪੇਸ਼ ਹਾਂ ਆਪਣਾ ਲਾਈਵ ਸ਼ੋਅ ਕਮਿਊਨਿਟੀ ਕਨੈਕਟ ਜੋ ਆਪਾਂ ਹਰ ਮੰਡੇ 11 ਤੋਂ 12 ਕਰਦੇ ਹਾਂ ਅਤੇ 11 ਤੋਂ 12 ਹਰ ਟਿਊਜ਼ਡੇ ਕਰਦੇ ਹਾਂ ਜਿਹੜਾ ਆਪਾਂ ਕਮਿਊਨਿਟੀ ਦੀ ਗੱਲ ਕਰਦੇ ਹਾਂ ਕਮਿਊਨਿਟੀ ਉਹ ਚਾਹੇ ਇੰਗਲੈਂਡ ਦੀ ਹੋਵੇ ਜਾਂ ਕੈਨੇਡਾ ਦੀ ਹੋਵੇ ਜਾਂ ਆਸਟ੍ਰੇਲੀਆ ਦੀ ਹੋਵੇ ਜਾਂ ਇੰਡੀਆ ਦੀ ਹੋਵੇ ਵਰਲਡ ਦੇ ਵਿੱਚ ਜਿੱਥੇ ਵੀ ਸਾਰੇ ਵਰਲਡ 'ਚ ਆਪਣਾ ਜਿੱਥੇ ਵੀ ਲਾਈਵ ਟੀਵੀ ਚੱਲ ਰਿਹਾ ਜਸ ਟੀਵੀ ਦੇਖ ਰਹੇ ਸਰੋਤਿਆਂ ਨੂੰ ਆਪਾਂ ਫਿਰ ਗੁਜ਼ਾਰਿਸ਼ ਕਰਾਂਗੇ ਤੁਸੀਂ ਕੋਈ ਵੀ ਕਮਿਊਨਿਟੀ ਦੀ ਗੱਲ ਹੋਵੇ ਤੁਸੀਂ ਕਿੱਥੇ ਵੀ ਬੈਠੇ ਹੋ ਕਿਹੜੀ ਵੀ ਕੰਟਰੀ 'ਚ ਬੈਠੇ ਹੋ ਸਾਨੂੰ ਉੱਥੋਂ ਕਾਲ ਕਰ ਸਕਦੇ ਹੋ ਜਿਹੜੇ ਹੇਠ ਲਿਖੇ ਨੰਬਰਾਂ 'ਤੇ ਤੁਸੀਂ ਇਸ ਲਾਈਵ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਸਾਨੂੰ ਦੱਸਣਾ ਚਾਹੁੰਦੇ ਹੋ ਕਿ ਅਸੀਂ ਕਮਿਊਨਿਟੀ ਲਈ ਕੀ ਕਰੀਏ ਜਾਂ ਅਸੀਂ ਕਮਿਊਨਿਟੀ ਵਿੱਚ ਕਿਹੜੀਆਂ ਚੀਜ਼ਾਂ ਉਹ ਲੈ ਕੇ ਆਈਏ ਜਿਨ੍ਹਾਂ ਦੇ ਵਿੱਚ ਕਮਿਊਨਿਟੀ ਨੂੰ ਦੇਖਣ ਨੂੰ ਸੁਣਨ ਨੂੰ ਚੰਗਾ ਲੱਗੇ ਜਾਂ ਅਸੀਂ ਕਮਿਊਨਿਟੀ ਦੀ ਕੋਈ ਖਬਰ ਸਾਡੇ ਕੋਲ ਹੋਵੇ ਜਾਂ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਜਿਹੜੀ ਸਾਡੀ ਨਜ਼ਰ ਤੋਂ ਬਚ ਗਈ ਅਸੀਂ ਫਿਰ ਰਿਕੁਐਸਟ ਕਰਾਂਗੇ ਕਿ ਤੁਸੀਂ ਜ਼ਰੂਰ ਇਹ ਲਾਈਵ ਸ਼ੋਅ ਦਾ ਹਿੱਸਾ ਬਣਿਆ ਕਰੋ ਜਿਹੜਾ ਵੀ ਉਹਦੇ ਨਾਲ ਕੀ ਹੁੰਦਾ ਕਿ ਕਮਿਊਨਿਟੀ ਨੂੰ ਕਾਫੀ ਅਵੇਅਰਨੈਸ ਮਿਲ ਜਾਂਦੀ ਹੈ ਜਦੋਂ ਕੋਈ ਆਪਾਂ ਫੰਕਸ਼ਨ ਕਰਦੇ ਹਾਂ ਜਾਂ ਕੋਈ ਸ਼ੋਅ ਦੀ ਗੱਲ ਕਰਦੇ ਹਾਂ ਜਾਂ ਕਰੋਨਾ ਦੀ ਗੱਲ ਕਰਦੇ ਹਾਂ CDC ਦੀ ਗੱਲ ਕਰਦੇ ਹਾਂ ਹਰ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਉਹ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਸਾਡੇ ਤੱਕ ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਹਰ ਮੰਡੇ ਟਿਊਜ਼ਡੇ ਜੋ ਹੈ ਅਸੀਂ ਵੱਧ ਤੋਂ ਵੱਧ ਜਿਹੜਾ ਕਮਿਊਨਿਟੀ ਦਾ ਜੋ ਵਿਚਰਿਆ ਹੋਇਆ ਵੀਕਐਂਡ 'ਤੇ ਜਾਂ ਜੋ ਵੀ ਸਾਡੇ ਕੋਲ ਇਕੱਠਾ ਕੀਤਾ ਹੁੰਦਾ ਹੈ ਕਿ ਉਹ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਕਮਿਊਨਿਟੀ ਜਿਹੜੀਆਂ ਗੱਲਾਂ ਤੋਂ ਅਵੇਅਰ ਰਹਿਣਾ ਰਹਿ ਸਕੇ ਜਿਹੜੀਆਂ ਗੱਲਾਂ ਕਈ ਤੁਹਾਡੇ ਸਿਹਤ ਲਈ ਫਾਇਦੇਮੰਦ ਹੁੰਦੀਆਂ ਨੇ ਜਾਂ ਜਿਹੜੇ ਬਿਜ਼ਨਸ ਲਈ ਫਾਇਦੇਮੰਦ ਹੁੰਦੀਆਂ ਨੇ ਜਾਂ ਆਪਾਂ ਕਹੀਏ ਕਿ ਆਪਣੇ ਆਲੇ ਦੁਆਲੇ ਪ੍ਰੋਟੈਕਸ਼ਨ ਲਈ ਕਿ ਸਾਨੂੰ ਕਿਹੜੀ ਕਮਿਊਨਿਟੀ ਵਿੱਚ ਮੂਵ ਹੋਣਾ ਚਾਹੀਦਾ ਹੈ ਜਾਂ ਜੇ ਕੋਈ ਬਾਹਰ ਸਟੇਟ ਤੋਂ ਮੂਵ ਹੋ ਰਿਹਾ ਹੈ ਤਾਂ ਵੀ ਆਪਾਂ ਨੂੰ ਉਸ ਨੂੰ ਇਹ ਜਸ ਟੀਵੀ ਦੇ ਥਰੂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਦੱਸ ਵੀ ਸਕਦੇ ਹੋ ਕਿ ਆਹ ਚੀਜ਼ ਇੱਥੇ ਹੋ ਰਹੀ ਹੈ ਜੀ ਤੁਸੀਂ ਇਹਨੂੰ ਕਵਰੇਜ ਕਰੋ ਇਸੇ ਤਰ੍ਹਾਂ ਹੀ ਜਿਹੜਾ ਓਵਰ ਦਾ ਵੀਕਐਂਡ ਗੁਰੂ ਘਰ ਦੀਆਂ ਗੱਲਾਂ ਕੁਛ ਕਮਿਊਨਿਟੀ ਦੀਆਂ ਗੱਲਾਂ ਜਿਹੜੀਆਂ ਆਪਾਂ ਨੇ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਕਿ ਕਮਿਊਨਿਟੀ ਦੇ ਵਿੱਚ ਓਵਰ ਦਾ ਵੀਕਐਂਡ ਜੋ ਦੇਖਣ ਨੂੰ ਮਿਲਿਆ ਜਾਂ ਹੁਣ ਜਿਹੜਾ ਨਵਾਂ ਕਿਸਾਨਾਂ 'ਤੇ ਵੀ ਆਪਾਂ ਗੱਲ ਕਰਾਂਗੇ ਅੱਜ ਆਪਣੇ ਨਾਲ ਕਾਫੀ ਜਿਹੜੇ ਕਾਲਰ ਵੀ ਜੁੜਨਗੇ ਅੱਜ ਜੇ ਹੋਰ ਵੀ ਕੋਈ ਜਿਹੜਾ ਇਸ ਵੇਲੇ ਜਸ ਟੀਵੀ ਨੂੰ ਦੇਖ ਰਿਹਾ ਉਹ ਜੁੜਨਾ ਚਾਹੁੰਦਾ ਹੈ ਜਾਂ ਮੈਨੂੰ ਕਰੈਕਟ ਕਰਨਾ ਚਾਹੁੰਦਾ ਹੈ ਜਾਂ ਕੋਈ ਨਿਊਜ਼ ਦੇਣੀ ਚਾਹੁੰਦਾ ਹੈ ਉਹ ਜ਼ਰੂਰ ਕਾਲ ਕਰਕੇ ਸਾਨੂੰ ਦੱਸੇ ਕਿ ਅਸੀਂ ਆਹ ਠੀਕ ਕਰ ਰਹੇ ਹਾਂ ਜਾਂ ਨਹੀਂ ਬਾਕੀ ਸਾਡਾ ਕੰਮ ਇੱਥੇ ਤੱਕ ਹੈ ਜੀ ਕਿ ਅਸੀਂ ਕਮਿਊਨਿਟੀ ਨੂੰ ਕੁਛ ਦੇਣਾ ਚਾਹੁੰਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਔਰ ਕਮਿਊਨਿਟੀ ਇਸ ਬਦਲੇ ਕਮਿਊਨਿਟੀ ਦੀ ਜੋ ਵੀ ਆਵਾਜ਼ ਹੈ ਉਹ ਮੂਹਰੇ ਲਿਆਉਣਾ ਚਾਹੁੰਦੇ ਹਾਂ ਚਾਹੇ ਆਵਾਜ਼ ਉਹ ਤੁਹਾਡੇ ਪਰਿਵਾਰ ਦੀ ਹੋਵੇ ਜਾਂ ਕਮਿਊਨਿਟੀ ਦੀ ਹੋਵੇ ਜਾਂ ਗੁਰੂ ਘਰ ਦੀ ਹੋਵੇ ਜਾਂ ਮੰਦਰ ਮਹਾਸ਼ਯ ਦੀ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਕਮਿਊਨਿਟੀ ਕਮਿਊਨਿਟੀ ਦਾ ਮਤਲਬ ਹੈ ਕਿ ਇੱਕ ਯੂਨਿਟੀ ਕਮਿਊਨਿਟੀ ਦਾ ਮਤਲਬ ਬੰਦੇ ਇਕੱਠੇ ਕੀਤੇ ਹੋਏ ਇਹਦੇ ਵਿੱਚ ਕੋਈ ਬੰਦਾ ਗੁਜਰਾਤ ਤੋਂ ਹੋਵੇ ਕੋਈ ਪਾਕਿਸਤਾਨ ਤੋਂ ਹੋਵੇ ਕੋਈ ਜਿੱਥੋਂ ਵੀ ਕੋਈ ਬੈਠਾ ਆਪਣੀ ਦੇਖ ਰਿਹਾ ਇਸ ਚੈਨਲ ਨੂੰ ਉਹ ਜ਼ਰੂਰ ਸਾਨੂੰ ਕੰਟੈਕਟ ਕਰੇ ਔਰ ਆਪਾਂ ਉਹ ਚੀਜ਼ਾਂ ਮੂਹਰੇ ਲੈ ਕੇ ਆਈਏ ਜਿਹੜੀਆਂ ਕਈ ਚੀਜ਼ਾਂ ਵੀਕਐਂਡ 'ਤੇ ਦੇਖਣ ਨੂੰ ਮਿਲੀਆਂ ਕਿ ਉਹ ਗਲਤ ਲੱਗੀਆਂ ਆਪਾਂ ਉਹਨਾਂ ਬਾਰੇ ਵੀ ਲੇਟਰ ਔਨ ਗੱਲ ਕਰਾਂਗੇ ਅੱਜ ਪਰ ਹੁਣ ਫਿਲਹਾਲ ਇਹ ਆ ਕਿ ਜਿਹੜਾ ਕਰੋਨਾ ਦਾ ਮਾਰਾਮਾਰੀ ਆ ਇਹ ਥੋੜ੍ਹੀ ਠੰਡੀ ਹੋਈ ਲੱਗਦੀ ਆ ਕਿਉਂਕਿ ਕਾਫੀ ਜਿਹੜੇ ਕੇਸ ਆ ਇੰਡੀਆ ਇਹਨਾਂ ਦੇ ਵਿੱਚ ਉਹ ਕੰਟਰੋਲ 'ਚ ਹੋ ਗਏ ਔਰ ਜਿਹੜੀ ਵੈਕਸੀਨ ਆ ਉਹ ਵੀ ਆ ਚੁੱਕੀ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਸ ਵੇਲੇ ਜਸ ਟੀਵੀ ਨੂੰ ਦੇਖ ਰਹੇ ਨੇ ਉਹ ਜ਼ਰੂਰ ਆਪਣੀ ਕਾਉਂਟੀ ਵਿੱਚ ਇੰਡੀਆਨਾ ਵਿੱਚ ਸਪੈਸ਼ਲੀ ਤੁਹਾਨੂੰ ਹੁਣ ਫ੍ਰੀ ਵੈਕਸੀਨ ਮਿਲ ਰਹੀ ਆ ਤੁਸੀਂ CVS 'ਚੋਂ ਲੈ ਸਕਦੇ ਹੋ ਵਾਲਗਰੀਨ 'ਚੋਂ ਲੈ ਸਕਦੇ ਹੋ ਜਾਂ ਤੁਹਾਡੇ ਜਿਹੜਾ ਹੈਲਥ ਡਿਪਾਰਟਮੈਂਟ ਹੈ ਮੇਰੀਆਂ ਕਾਉਂਟੀ ਦਾ ਜਾਂ ਹੈਂਡਰਸ ਕਾਉਂਟੀ ਦਾ ਜਾਂ ਬੋਨ ਕਾਉਂਟੀ ਜਿੰਨੀਆਂ ਵੀ ਕਾਉਂਟੀਆਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਆਫਿਸ ਨੇ ਉਹਨਾਂ ਦੇ ਵਿੱਚ ਇਹ ਸਰਵਿਸ ਫ੍ਰੀ ਹੈ ਕਿ ਤੁਸੀਂ ਜ਼ਰੂਰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਲੇ ਦੁਆਲਿਆਂ ਨੂੰ ਜ਼ਰੂਰ ਅਵੇਅਰ ਕਰਕੇ ਲੈ ਕੇ ਜਾਓ ਤਾਂ ਕਿ ਵੈਕਸੀਨ ਜਿਹੜੀ ਹੈ ਉਹ ਤੁਹਾਨੂੰ ਲੱਗ ਸਕੇ ਉਹਦੇ ਨਾਲ ਕਾਫੀ ਫਾਇਦਾ ਹੋ ਰਿਹਾ ਇੱਕ ਜਿਹੜੀ ਗੱਲ ਦੇਖਣ ਵਿੱਚ ਆਈ ਆ ਕਿ ਕੁਛ ਜਿਹੜੇ ਬੰਦੇ ਉਹ ਵੈਸੇ ਅਫਵਾਹਾਂ ਫੈਲਾ ਰਹੇ ਨੇ ਕਿ ਵੈਕਸੀਨ ਦੇ ਨਾਲ ਸਾਈਡ ਇਫੈਕਟ ਹੈ ਬਹੁਤ ਘੱਟ ਸਾਈਡ ਇਫੈਕਟ ਆ ਬਹੁਤ ਛੋਟਾ ਕਿਤੇ ਤੁਹਾਨੂੰ ਬੁਖਾਰ ਚੜ੍ਹਦਾ 90% ਤਾਂ ਕਈ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੂੰ ਉਹ ਬੁਖਾਰ ਵੀ ਨਹੀਂ ਚੜ੍ਹਿਆ ਵੈਕਸੀਨ ਦਾ ਫਾਇਦਾ ਹੈ ਕਿਉਂਕਿ ਆਪਣੇ ਕਮਿਊਨਿਟੀ ਦੀ ਜਿਹੜੀ ਸਪੈਸ਼ਲੀ ਪੰਜਾਬੀ ਭਰਾਵਾਂ ਦੀ ਉਹ ਸੁਣੀ ਸੁਣਾਈ ਗੱਲ ਪਿੱਛੇ ਬਹੁਤ ਜਾਂਦੇ ਨੇ ਮੈਂ ਕਹੂੰਗਾ ਕਿ ਤੁਸੀਂ ਕਰਕੇ ਦੇਖੋ ਦਾਸ ਨੇ ਖੁਦ ਵੀ ਵੈਕਸੀਨ ਲਵਾਈ ਹੈ ਔਰ ਕਿ ਕਾਫੀ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਵੈਕਸੀਨ ਲਵਾਈ ਹੈ ਮੈਂ ਫਿਰ ਇਹੀ ਕਹੂੰਗਾ ਕਿ ਤੁਸੀਂ ਆਪਣੇ ਹੈਲਥ ਲਈ ਔਰ ਆਪਣੇ ਦੇ ਜਿਹੜੇ ਆਲੇ ਦੁਆਲੇ ਹੈਲਥ ਸਪੈਸ਼ਲੀ ਤੁਹਾਡੀ ਫੈਮਿਲੀ ਵਾਸਤੇ ਜਾਂ ਨੇਬਰ ਵਾਸਤੇ ਤੁਸੀਂ ਜ਼ਰੂਰ ਇਹ ਫ੍ਰੀ ਸਰਵਿਸ ਹੈ ਜੀ ਜਿਹੜੀ ਵੈਕਸੀਨ ਹੈ ਤੁਸੀਂ ਜਾ ਕੇ ਹੈਲਥ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਅਤੇ ਦੂਸਰੀ ਗੱਲ ਆਪਾਂ ਇਹ ਕਰਾਂਗੇ ਕਿ ਜਿਹੜੇ ਫੰਕਸ਼ਨ ਨੇ ਆਪਾਂ ਨੇ ਫੰਕਸ਼ਨ ਵੀ ਵੀਕਐਂਡ 'ਤੇ ਅਟੈਂਡ ਕੀਤਾ ਜਿਹੜਾ ਆਪਾਂ ਥੋੜ੍ਹੇ ਅੱਡ ਕੇ ਤੁਹਾਨੂੰ ਥੋੜ੍ਹੀ ਦੇਰ ਬਾਅਦ ਰੂਬਰੂ ਕਰਾਵਾਂਗੇ ਕੁਛ ਹੋਰ ਇਨਫੋਰਮੇਸ਼ਨ ਹੈ ਜਿਹੜੀ ਦੱਸਣੀ ਜ਼ਰੂਰੀ ਆ
ਉਹ ਜਿਹੜੀਆਂ ਇੱਕ ਹੋਰ ਖਾਸ ਖਬਰਾਂ ਨੇ ਟਰੱਕਿੰਗ ਲਾਈਨ ਬਾਰੇ ਕਿ ਕਾਫੀ ਵਧੇ ਹੋਏ ਰੇਟ ਸਨ ਟਰੱਕਾਂ ਦੇ, ਤੇ ਉਹ ਵੀਰ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਹੁਣ ਥੋੜੇ ਠੰਡੇ ਨੇ। ਤੇ ਇੱਕ ਜਿਹੜੀ ਗੱਲ ਦੇਖਣ ਵਿੱਚ ਆਈ ਆ ਕਿ ਸਾਡੇ ਪੰਜਾਬੀਆਂ ਨਾਲ ਕਾਫੀ ਵੱਡਾ ਧੋਖਾ ਹੋ ਰਿਹਾ ਕਿ ਕਾਫੀ ਹਾਈ ਇੰਟਰਸਟ ਤੇ ਉਹ ਸਾਡੇ ਬੰਦਿਆਂ ਨੂੰ ਟਰੱਕਿੰਗ ਦੇ ਲੋਨ ਦੇ ਰਹੇ ਨੇ। ਜ਼ਰੂਰ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਤੁਸੀਂ ਜ਼ਰੂਰ ਆਪਣੀ ਬੈਂਕ ਨਾਲ ਜਾਂ ਕਿਸੇ ਆਪਣੇ ਭਾਈ ਸੱਜਣ ਨਾਲ ਕੰਸਲਟ ਕਰੋ ਜਾਂ ਸਲਾਹ ਕਰੋ ਕਿ ਕਈ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਜਾਂ ਉਹ ਇਸ ਗੱਲ ਦੇ ਅਵੇਅਰ ਨਹੀਂ ਹੈ ਕਿ ਜੋ ਤੁਸੀਂ ਕਮਾਉਂਦੇ ਆ ਉਹ ਪੇਮੈਂਟ ਦੇ ਵਿੱਚ ਹੀ ਵਾਪਸ ਜਾਈ ਜਾ ਰਿਹਾ। ਇੱਦਾਂ ਦੀਆਂ ਗੱਲਾਂ ਜਿਹੜੀਆਂ ਕਮਿਊਨਿਟੀ ਦੀਆਂ ਆਪਾਂ ਉਹ ਜ਼ਰੂਰ ਉਹਨੂੰ ਡੇਕ ਕਰਕੇ ਮੂਹਰੇ ਲੈ ਕੇ ਆਈਦਾ ਕਿ ਤੁਸੀਂ ਜਿਹੜਾ ਬਿਜ਼ਨਸ ਕਰਦੇ ਹੋ ਉਹਦੀ ਸਲਾਹ ਜ਼ਰੂਰ ਲਿਆ ਕਰੋ ਜਾਂ ਪੜ੍ਹਦੇ ਵੀ ਹੋ। ਅਤੇ ਇੱਥੇ ਕਾਫੀ ਸਟੂਡੈਂਟ ਵੀ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਡੇ ਰੂਬਰੂ ਕਰਾਵਾਂਗੇ ਕਿ ਜਿਹੜੇ ਮੈਡੀਕਲ ਦੇ ਸਟੂਡੈਂਟ ਨੇ, ਕੁਛ ਲਾਅ ਦੇ ਸਟੂਡੈਂਟ ਨੇ, ਤੁਹਾਨੂੰ ਕਿਸੇ ਤਰ੍ਹਾਂ ਦੀ ਸਲਾਹ ਚਾਹੀਦੀ ਹੋਵੇ ਆਪਾਂ ਇੱਕ ਜਿਹੜੀ ਜੂਸ ਦੀ ਕਮੇਟੀ ਵੀ ਬਣਾਵਾਂਗੇ ਨਿਰਾ ਬੱਚੇ ਕਿ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਕੋਈ ਸਲਾਹ ਚਾਹੀਦੀ ਹੋਵੇ ਤਾਂ ਆਪਾਂ ਉਹ ਵੀ ਉਹ ਬੱਚਿਆਂ ਤੋਂ ਸਲਾਹ ਲੈ ਕੇ ਤੁਸੀਂ ਸਹੀ ਫੀਲਡ ਦੇ ਵਿੱਚ ਜਾਂ ਸਹੀ ਪਾਸੇ ਆਪਣਾ ਐਡਮਿਸ਼ਨ ਲੈ ਸਕਦੇ ਹੋ ਜਿਹਨਾਂ ਦੀ ਕੋਸਟ ਵੀ ਕਾਫੀ ਉਹਨਾਂ ਤੋਂ ਪਤਾ ਕੀਤੀ ਜਾ ਸਕਦੀ ਹੈ ਕਿ ਆਹ ਚੀਜ਼ ਦੀ ਕਿੰਨੀ ਕੋਸਟ ਆ। ਉਹਨੂੰ ਹਰ ਇੱਕ ਚੀਜ਼ ਨੂੰ ਇਫੈਕਟਿਵ ਰੱਖ ਕੇ ਦੇਖਿਆ ਜਾਵੇ ਕਿ ਕੋਸਟ ਔਰ ਟਾਈਮ ਉਹ ਕੀ ਆ, ਉਹ ਕਿੱਥੇ ਵਧੀਆ ਤੁਸੀਂ ਪੜ੍ਹਾਈ ਕਰ ਸਕਦੇ ਹੋ। ਕਿ ਹੁਣ ਜਿਹੜਾ ਜ਼ਮਾਨਾ ਆ ਉਹ ਬਿਲਕੁਲ ਪੜ੍ਹਾਈ ਦਾ ਹੈ, ਜੇ ਪੜ੍ਹਾਈ ਆ ਤਾਂ ਬੰਦੇ ਕੋਲ ਇੱਕ ਤੀਸਰੀ ਅੱਖ ਖੁੱਲ੍ਹ ਜਾਂਦੀ ਆ। ਦੋ ਅੱਖਾਂ ਤਾਂ ਹਰ ਇੱਕ ਦੇ ਕੋਲ ਨੇ, ਜਿਹੜੀ ਤੀਸਰੀ ਅੱਖ ਆ ਉਹ ਹੈ ਵਿੱਦਿਆ। ਜੇ ਵਿੱਦਿਆ ਤੁਹਾਡੇ ਕੋਲ ਆ, ਤੁਹਾਡੀ ਤੀਸਰੀ ਅੱਖ ਖੁੱਲ੍ਹ ਜਾਂਦੀ ਤਾਂ ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਔਰ ਕਮਿਊਨਿਟੀ ਲਈ ਬਹੁਤ ਕੁਝ ਕਰ ਸਕਦੇ ਹੋ। ਲੇਕਿਨ ਜੇ ਵਿੱਦਿਆ ਨਹੀਂ ਹੈ ਤਾਂ ਫਿਰ ਬੰਦਾ ਅਧੂਰਾ ਰਹਿ ਜਾਂਦਾ, ਜਿਹਨੂੰ ਮੈਂ ਹੈਂਡੀਕੈਪ ਮੰਨਦਾ ਕਿ ਵਿੱਦਿਆ ਤੋਂ ਬਿਨਾਂ ਜਿਹੜੀ ਐਜੂਕੇਸ਼ਨ ਉਹ ਤੋਂ ਬਿਨਾਂ ਆਪਾਂ ਅੱਧੇ ਰਹਿ ਜਾਂਦੇ ਹਾਂ। ਤੁਹਾਡਾ ਇੱਕ ਕਿਸਮ ਦੀ ਇੱਕ ਬਾਂਹ 'ਤੇ ਇੱਕ ਲੱਤ ਕੱਟਣ ਵਾਲੀ ਗੱਲ ਆ ਕਿ ਐਜੂਕੇਸ਼ਨ ਨਹੀਂ ਹੈ। ਜੇ ਐਜੂਕੇਸ਼ਨ ਹੈ ਤਾਂ ਤੁਸੀਂ ਆਪਣੇ ਹੱਕਾਂ ਲਈ ਲੜ ਸਕਦੇ, ਜੋ ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਹੋ ਰਿਹਾ ਕਿ ਕਿਸਾਨਾਂ ਨੂੰ ਜਾਂ ਜਿਹੜੇ ਘੱਟ ਗਿਣਤੀ ਵਾਲੇ ਜਾਂ ਜਿਹੜੇ ਛੋਟੀ ਜਾਤ ਵਾਲੇ ਉਹਨਾਂ ਨੂੰ ਦਵਾਇਆ ਜਾ ਰਿਹਾ। ਇਹ ਸਿਰਫ ਨਤੀਜਾ ਹੈ ਇੱਕ ਅਨਪੜ੍ਹਤਾ ਦਾ ਹੋਣ ਦਾ ਕਿ ਸਾਨੂੰ ਉੱਥੇ ਰਾਈਟ ਨਹੀਂ ਪਤਾ ਸਾਡੇ ਆਪ। ਜੇ ਸਾਡੇ ਰਾਈਟ ਸਾਨੂੰ ਪਤਾ ਹੋਣ ਤਾਂ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਤੁਹਾਨੂੰ ਦਬਾ ਸਕੇ, ਪਰ ਤੁਹਾਨੂੰ ਤੁਹਾਡੇ ਰਾਈਟ, ਤੁਹਾਡਾ ਕਲਚਰ ਔਰ ਤੁਹਾਡੀ ਜਿਹੜੀ ਇਨਸਾਨੀਅਤ ਉਹ ਜ਼ਰੂਰ ਪਤਾ ਹੋਣੀ ਚਾਹੀਦੀ ਆ। ਇਹ ਤਿੰਨ ਚੀਜ਼ਾਂ ਜੇ ਤੁਸੀਂ ਇਕੱਠੀਆਂ ਰੱਖੋ ਤਾਂ ਤੁਹਾਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਮਿਲੇਗਾ। ਨਾ ਤੁਸੀਂ ਕਿਸੇ ਨੂੰ ਧੋਖਾ ਦਿਓਗੇ, ਨਾ ਤੁਹਾਡੇ ਨਾਲ ਕੋਈ ਕਰੂਗਾ, ਪਰ ਉਹਦੇ ਨਾਲ ਇਹ ਜਿਹੜਾ ਇਨਸਾਨੀਅਤ ਵਾਲਾ ਔਰ ਦੂਜਾ ਐਜੂਕੇਸ਼ਨ ਵਾਲਾ ਇਹ ਤੁਸੀਂ ਜ਼ਰੂਰ ਰੱਖਣਾ ਪੈਣਾ। ਅਤੇ ਤੁਸੀਂ ਕਮਿਊਨਿਟੀ ਕਨੈਕਟ ਨਾਲ ਜ਼ਰੂਰ ਜੁੜਿਆ ਕਰੋ, ਕਿਉਂਕਿ ਸਾਨੂੰ ਜੇ ਖਬਰਾਂ ਮਿਲਣੀਆਂ ਨਹੀਂ ਕਿ ਕਮਿਊਨਿਟੀ ਵਿੱਚ ਕੀ ਹੋ ਰਿਹਾ ਜਾਂ ਅਸੀਂ ਕਮਿਊਨਿਟੀ ਲਈ ਕੀ ਕਰੀਏ, ਤਾਂ ਸਾਨੂੰ ਨਹੀਂ ਪਤਾ ਲੱਗੂਗਾ। ਇੱਕ ਚਰੀਆ ਹੈ ਜਸ ਟੀਵੀ ਦਾ ਜੋ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਇੰਡੀਅਨ ਐਪਸ ਵਿੱਚ, ਸਾਨੂੰ ਇਹ ਮੰਚ ਬਖਸ਼ਿਆ ਹੈ ਕਿ ਤੁਸੀਂ ਇੱਥੇ ਬੈਠ ਕੇ ਇੰਡੀਅਨ ਐਪਸ ਤੋਂ ਆਪਣੇ ਸ਼ਹਿਰ ਬਾਰੇ, ਹੋਰ ਆਲੇ ਦੁਆਲੇ ਸ਼ਹਿਰਾਂ ਬਾਰੇ ਜ਼ਰੂਰ ਦੱਸਿਆ ਕਰੋ। ਅਤੇ ਆਪਾਂ ਆਪਣੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਆਪਾਂ ਹਰ ਮੰਗਲਵਾਰ ਅਤੇ ਹਰ ਸੋਮਵਾਰ ਹਰ ਤਰ੍ਹਾਂ ਦੀ ਜੋ ਵੀਕਐਂਡ 'ਤੇ ਗੱਲ ਬੀਤੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋ ਸਕਦੀ ਹੈ ਉਹ ਮੂਹਰੇ ਲੈ ਕੇ ਆਈਏ। ਇਹੀ ਕੋਸ਼ਿਸ਼ ਰਹਿੰਦੀ ਹੈ ਆਪਣੀ ਹਰ ਵੇਲੇ ਕਿ ਆਪਾਂ ਕਮਿਊਨਿਟੀ ਨੂੰ ਅਵੇਅਰ ਕਰਨਾ, ਚਾਹੇ ਉਹ ਹੈਲਥ ਹੋਵੇ, ਚਾਹੇ ਉਹ ਬਿਜ਼ਨਸ ਹੋਵੇ, ਜਾਂ ਤੁਹਾਡੇ ਬੱਚਿਆਂ ਦੇ ਸਕੂਲ ਹੋਣ। ਕਾਫੀ ਜਿਸ ਤਰ੍ਹਾਂ ਪਲੇਨ ਫੀਲਡ ਦੇ ਵਿੱਚ 4-star ਸਕੂਲ ਨੇ, ਹੋਰ ਕਾਫੀ ਇੱਥੇ ਕਮਿਊਨਿਟੀਆਂ ਹੈਗੀਆਂ ਜਿੱਥੇ 4-star ਸਕੂਲ ਹੈਗੇ ਆ, ਪੜ੍ਹਾਈ ਕਾਫੀ ਅੱਛੀ ਆ। ਲੇਕਿਨ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਐਜੂਕੇਸ਼ਨ ਅਤੇ ਕਲਚਰ ਦੇ ਨਾਲ, ਜੇ ਮਾਪੇ ਜੋੜਨਗੇ ਤਾਂ ਹੀ ਬੱਚਿਆਂ ਨੇ ਜੋੜਨਾ ਹੈ, ਜੇ ਮਾਪੇ ਨਹੀਂ ਜੋੜਨਗੇ ਤਾਂ ਬੱਚਿਆਂ ਨੇ ਜਿਸ ਤਰ੍ਹਾਂ ਦੇ ਸਾਡੇ ਆਲੇ ਦੁਆਲੇ ਨੇ ਉਦਾਂ ਦੇ ਹੋ ਜਾਣਾ। ਜੇ ਤੁਸੀਂ ਗੋਰਿਆਂ ਨੂੰ ਵੀ ਜਾਂ ਕਾਲਿਆਂ ਨੂੰ ਜਾਂ ਮਕਸੀਕਿਆਂ ਨੂੰ ਕਨਵਿੰਸ ਕਰਨਾ, ਉਹਨਾਂ ਨੂੰ ਦੱਸਣਾ ਕਿ ਸਾਡਾ ਕਲਚਰ ਕਿੱਦਾਂ ਦਾ ਹੈ, ਅਸੀਂ ਕਿੱਦਾਂ ਰਹਿੰਦੇ ਹਾਂ, ਕਿਉਂ ਅਸੀਂ ਇਕੱਠੇ ਹੁੰਦੇ ਹਾਂ, ਸਾਡੇ ਇਕੱਠੇ ਹੋਣ ਦੇ ਨਾਲ ਸਾਨੂੰ ਕੀ ਫਾਇਦੇ ਹੁੰਦੇ ਨੇ, ਜਾਂ ਇਕੱਠ ਦੇ ਵਿੱਚ ਕਿੱਡੇ ਕਿੱਡੇ ਵੱਡੇ ਜਿਹੜੇ ਆ ਦੁੱਖ ਆਏ ਉਹ ਕੱਟੇ ਜਾਂਦੇ ਨੇ। ਦੁੱਖ ਕਿੱਡਾ ਵੱਡਾ ਹੋਵੇ ਜੇ ਤੁਹਾਡੇ ਨਾਲ ਤੁਹਾਡਾ ਪਰਿਵਾਰ ਆ ਜਾਂ ਤੁਹਾਡੇ ਸੱਜਣ ਬੇਲੀ ਨਾਲ ਆ, ਉਹ ਕੱਟਿਆ ਜਾਂਦਾ, ਉਹ ਭੁੱਲਿਆ ਜਾਂਦਾ। ਕਿਉਂਕਿ ਜਦੋਂ ਵੀ ਦੁੱਖ ਵਿੱਚ 4 ਬੰਦੇ ਬਹਿੰਦੇ ਨੇ ਉਹ ਬਹਿ ਕੇ ਇਹੀ ਗੱਲਾਂ ਕਰਦੇ ਨੇ ਕਿ ਇਦੋਂ ਵੱਡਾ ਦੁੱਖ ਤਾਂ ਫਲਾਣੇ ਨੂੰ ਵੀ ਸੀ, ਇਦੋਂ ਵੱਡਾ ਦੁੱਖ ਤਾਂ ਦੂਸਰੇ ਨੂੰ ਵੀ ਸੀ। ਉੱਥੋਂ ਬੰਦੇ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਕਿ ਜਿਹੜਾ ਮੇਰਾ ਦੁੱਖ ਆ ਮੈਨੂੰ ਲੱਗਦਾ ਛੋਟਾ। ਉਹ ਮਨ ਦੇ ਵਿੱਚ ਇੱਕ ਤੁਹਾਡੇ ਇੱਕ ਡਰ ਨਿਕਲ ਜਾਂਦਾ ਜਾਂ ਮਨ ਦੇ ਵਿੱਚ ਇੱਕ ਚੀਜ਼ ਪੈਦਾ ਹੋ ਜਾਂਦੀ ਕਿ ਚਲੋ ਮੈਂ ਵੀ ਦੁਨੀਆ ਦੇ ਨਾਲ ਹਾਂ, ਮੇਰੇ ਨਾਲ ਇਕੱਲੇ ਨਾਲ ਇਹ ਨਹੀਂ ਹੋਈ। ਇਸੇ ਤਰ੍ਹਾਂ ਜਦੋਂ ਆਪਾਂ ਜੁੜਦੇ ਹਾਂ, ਗੁਰੂ ਘਰ ਜੁੜਦੇ ਹਾਂ, ਉੱਥੇ ਵੀ ਇਹ ਗੱਲਾਂ ਹੁੰਦੀਆਂ ਕਿ ਆਪਾਂ ਜਿਹੜੇ ਸਿਆਣੇ ਨੇ ਉਹ ਗੱਲਾਂ ਦੱਸਦੇ ਨੇ, ਜੇ ਉਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਆਪਾਂ ਨੂੰ ਹੁੰਦਾ ਚਲੋ ਜੀ ਆਪਾਂ ਆਹ ਕੰਮ ਕਰਨਾ ਸੀ ਇਹ ਹੁਣ ਕਰ ਲਈਏ। ਕਿਉਂਕਿ ਕਈ ਕੰਮਾਂ ਤੋਂ ਬੰਦਾ ਲੇਟ ਹੋ ਜਾਂਦਾ, ਜਦੋਂ ਲੇਟ ਹੋ ਜਾਂਦਾ ਫਿਰ ਲੇਟ ਦੀ ਲੇਟ ਉਹ ਪਿੱਛੇ ਨੂੰ ਜਾਈ ਜਾਂਦਾ, ਗਾਹ ਨੂੰ ਜਾਂਦਾ। ਇਹ ਗੱਲਾਂ ਤਾਂ ਹੁੰਦੀਆਂ ਨੇ ਕਿ ਜਦੋਂ ਤੁਹਾਡੇ ਤੋਂ ਕੋਈ ਚੀਜ਼ ਜਿਹੜੀ ਆ ਉਹ ਖੁੱਸ ਜਾਂਦੀ ਆ, ਫਿਰ ਆਪਾਂ ਉਹਨੂੰ ਵਿਚਾਰਨ ਬਾਰੇ ਪਿੱਛੇ ਨੂੰ ਜਾਂਦੇ ਹਾਂ। ਲੇਕਿਨ ਪਿੱਛੇ ਨੂੰ ਜਾ ਕੇ ਕੁਛ ਨਹੀਂ ਮਿਲਦਾ, ਨਾ ਤਾਂ ਆਪਾਂ ਅੱਗੇ ਨੂੰ ਜਾ ਸਕਦੇ ਹਾਂ ਨਾ ਪਿੱਛੇ ਨੂੰ ਜਾ ਸਕਦੇ ਹਾਂ।
ਹਾਂ ਇਹ ਕੰਮ ਹੋ ਸਕਦਾ ਕਿ ਜੋ ਕਰੰਟ ਸਮਾਂ ਹੈ ਆਪਾਂ ਇਸ ਨੂੰ ਜ਼ਰੂਰ ਠੀਕ ਕਰ ਸਕਦੇ ਹਾਂ। ਠੀਕ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਉਸ ਨੂੰ ਇਹ ਕਿਹਾ ਜਾ ਸਕਦਾ ਕਿ ਆਉਣ ਵਾਲੀ ਲਾਈਫ ਹੈਲੋ ਜਾਂ ਜਿਹੜੀ ਲਾਈਫ, ਐਜੂਕੇਸ਼ਨ ਲਓ ਜੀ ਆਪਣੇ ਨਾਲ ਕਾਲਰ ਜੁੜੇ ਨੇ ਜੀ ਜੀ, ਮੈਂ ਜੀ ਤੁਸੀਂ ਆਉਣੇ ਰਹੋ ਜੀ, ਨਿੱਘਾ ਸਵਾਗਤ ਹੈ ਤੁਹਾਡਾ ਜਸ ਟੀਵੀ ਦੇ ਜੀ। ਤੁਸੀਂ ਪੰਜਾਬੀ ਵੀਰ ਹੋ, ਜੀ ਤੁਸੀਂ ਮੇਰੇ ਇਲਾਕੇ ਦੇ ਹੋ, ਪੰਜਾਬ ਪੰਜਾਬ ਦੇ ਜਲੰਧਰ ਦੇ ਜੀ ਆਪਣਾ ਨਾਮ ਹੀ ਦੱਸਿਆ ਤੁਸੀਂ ਜੀ, ਰਾਜਕੁਮਾਰ ਜੀ ਰਾਜਕੁਮਾਰ ਕਿੱਥੋਂ ਬੋਲ ਰਹੇ ਜੀ? ਵਰਜੀਨੀਆ ਵਰਜੀਨੀਆ ਤੋਂ, ਠੀਕ ਹੈ ਠੀਕ ਹੈ ਜੀ। ਕਿੰਨੇ ਕੁ ਚਿਰ ਦੇ ਆਏ ਹੋਏ ਆਪਾਂ ਵਰਜੀਨੀਆ ਜੀ? ਉਹ ਠੀਕ ਹੈ ਜੀ, ਅਤੇ ਕੀ ਕਾਰੋਬਾਰ ਕਰਦੇ ਹੋ ਜੀ? ਬੱਚੇ ਕਰਦੇ ਜੀ ਹੁਣ, ਉਹ ਠੀਕ ਹੈ ਜੀ, ਇੱਕ ਬੱਚਾ ਲਿਆ ਠੀਕ ਹੈ ਜੀ, ਵੱਡਾ ਆਰਮੀ, ਜ਼ਰੂਰ ਜੀ ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਵੱਡਾ ਡਾਕਟਰੀ ਕਰ ਗਿਆ ਜੀ। ਜੀ, ਬਹੁਤ ਵਧੀਆ ਜੀ, ਬਹੁਤ ਬੜਾ ਖੁਸ਼ੀ ਹੁੰਦੀ ਹੈ ਜਦੋਂ ਪਤਾ ਲੱਗਦਾ ਕਿ ਸਾਡੇ ਪੰਜਾਬੀ ਡਾਕਟਰੀ ਅਤੇ ਲੋ ਹਰ ਇੱਕ ਹਾਂਜੀ ਪਾਸੇ ਹਾਂਜੀ ਸਾਡੇ ਬੱਚੇ ਛਾਏ ਪਏ ਜੀ, ਨੇ, ਬਹੁਤ ਖੁਸ਼ੀ ਹੁੰਦੀ ਮੈਨੂੰ ਹੈ ਤਾਂ ਉਸ ਤੋਂ। ਅਫਸੋਸ ਇਹ ਕਰਦਾ ਹੋਇਆ ਕਿ ਜੱਗੀ ਸਾਹਿਬ ਆਏ ਸੀ, ਮੇਰੇ ਨਾਲ ਪੜ੍ਹੇ ਹੋਏ ਆ, ਉਹ ਉਹ ਠੀਕ ਹੈ ਜੀ, ਜੱਗੀ ਸਾਹਿਬ ਨੇ ਬਹੁਤ ਵਾਰੀ ਗੱਲ ਕੀਤੀ ਆ, ਅਤੇ ਉਹ ਮੈਨੂੰ ਦੇਖ ਵੀ ਚੁੱਕੇ ਹੋਏ ਸੀ, ਤੁਸੀਂ ਜਾਣਦੇ ਠੀਕ ਆ, ਜੀ, ਮੈਂ ਮਿਲ ਨਹੀਂ ਸਕਿਆ ਕਿ ਮੈਨੂੰ ਟਾਈਮ ਨਹੀਂ ਰੱਖ ਪਾਉਣੀ ਸੀ, ਕਿੰਨੇ ਵਜੇ ਕੋਈ ਨਹੀਂ ਜੀ, ਆਪਣੇ ਆਉਣ, ਉਹਨਾਂ ਨੇ ਆਉਣਾ ਆ, ਥੋੜ੍ਹੇ ਚਿਰਾਂ ਨੂੰ ਫਿਰ ਜਾਣੂ ਜ਼ਰੂਰ ਬਣਾਵਾਂਗੇ ਜੀ। ਠੀਕ ਹੈ ਜੀ, ਜਦੋਂ ਫਿਰ ਆਉਣ ਦਾ ਪ੍ਰੋਗਰਾਮ ਬਣੂਗੀ, ਜੀ ਜੀ ਪਲੀਜ਼ ਥੋੜ੍ਹਾ ਟਾਈਮ ਨਹੀਂ ਦੱਸ ਦਿਆ ਕਰੋ, ਫਿਰ ਟਾਈਮ ਕਰ ਸਕਿਆ ਪ੍ਰੋਗਰਾਮ, ਜੀ ਜੀ ਕੋਈ ਨਹੀਂ, ਜ਼ਰੂਰ ਤੁਹਾਨੂੰ ਅਤੇ ਦੱਸਾਂਗੇ ਜੀ। ਮੈਂ ਤਾਂ ਪੰਜਾਬੀ ਨਾਲ ਜੁੜਿਆ, ਮੈਨੂੰ 14 ਸਾਲ ਹੋ ਚੁੱਕੇ ਆ, ਠੀਕ ਹੈ ਜੀ, ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ, ਅਤੇ ਮੈਂ ਤਾਂ ਬੜਾ ਚੇਤਾ ਜੀ ਭਗਤ ਸਿੰਘ ਜਦੋਂ ਕੀਤਾ ਹੈ, ਹਾਂਜੀ ਹਾਂਜੀ, ਅਤੇ ਮੈਨੂੰ ਚੰਗਾ ਲੱਗਦਾ ਹੈ ਆਪਣੇ 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 ਆਪਾਂ ਕਲਾਸ ਰੂਮ ਥੋੜ੍ਹੇ ਕੇ ਨੇੜੇ ਹੀ ਹਾਂ, 5-6 ਘੰਟੇ ਡਰਾਈਵ 'ਤੇ ਬੈਠੇ ਹਾਂ, ਵਰਜੀਨੀਆ ਨੇੜੇ ਹੀ ਆ, ਇਸੇ ਕਰਕੇ ਇੱਥੇ ਸ਼ੁਰੂ ਕੀਤਾ ਕਿ ਆਪਾਂ ਮਿਡਲ 'ਚ ਪੈਂਦੇ ਹਾਂ। ਅਤੇ ਰਾਜਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਥੋੜ੍ਹਾ ਤੁਸੀਂ ਜਿਹਾ ਟਾਈਮ ਟਾਈਮ ਕੱਢਿਆ, ਕੰਮ ਤੋਂ ਵੀ ਥੋੜ੍ਹਾ ਜਿਹਾ ਇੱਕ ਅੱਖ ਦੀ ਨਜ਼ਰ ਥੋੜ੍ਹੀ ਘੱਟ ਆ, ਠੀਕ ਹੈ ਜੀ, ਡਰਾਈਵ ਕਰਨ ਤੋਂ ਥੋੜ੍ਹਾ ਮੈਂ ਚੱਕ ਸਕਦਾ, ਠੀਕ ਹੈ, ਕੋਈ ਗੱਲ ਨਹੀਂ ਜੀ, ਆਪਾਂ ਅਤੇ ਓਕੇ ਹਾਂਜੀ, ਜੀ ਨਹੀਂ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ। ਅਤੇ ਰਾਜਕੁਮਾਰ ਜੀ ਧੰਨਵਾਦ ਜਿਹੜਾ ਤੁਸੀਂ ਕਿ ਟਾਈਮ ਕੱਢਿਆ, ਤੁਹਾਨੂੰ ਪਤਾ ਟਾਈਮ ਬਹੁਤ ਜਲਦੀ ਹੋ ਜਾਂਦਾ, ਇੱਕ ਤਾਂ ਬੇੜਾ ਹੋ ਗਿਆ ਇੱਕ ਬ੍ਰੇਕ ਦਾ, ਜੀ, ਆ ਬੇੜਾ ਹੋ ਗਿਆ ਇੱਕ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਕਰਦੇ ਠੀਕ ਹੈ ਗੱਲ, ਜੀ, ਠੀਕ ਹੈ ਜੀ, ਧੰਨਵਾਦ ਜੀ ਠੀਕ ਤੁਹਾਡਾ, ਹੈ ਜੀ, ਮਿਹਰਬਾਨੀ, ਆ ਜੀ ਬੇੜਾ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਆਪਾਂ ਇਹ ਸਿਲਸਿਲਾ ਜਾਰੀ ਠੀਕ ਹੈ ਰੱਖਾਂਗੇ ਜੀ, ਬਹੁਤ ਸ਼ੁਕਰੀਆ ਜੀ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ, ਉਹੀ ਆਪਣਾ ਕਮਿਊਨਿਟੀ ਕਨੈਕਟ ਵਾਲਾ ਗੱਲਬਾਤ ਆਪਾਂ ਕਰਾਂਗੇ, ਜਿਹੜਾ ਇੱਕ ਪ੍ਰੋਗਰਾਮ ਸੀਗਾ ਓਵਰ ਦਾ ਵੀਕਐਂਡ, ਆਪਾਂ ਇੱਕ ਆਪਣੇ ਛੋਟਾ ਜਿਹਾ ਫੰਕਸ਼ਨ ਰੱਖਿਆ ਹੋਇਆ ਸੀ ਉਹਨਾਂ ਨੇ, ਉਹਨਾਂ ਦੇ ਬਰਥਡੇ ਸੀਗਾ ਬੇਬੀ ਦਾ, ਗ੍ਰੈਂਡ ਬੇਬੀ ਦਾ, ਅਤੇ ਉਹ ਬੜੇ ਕਲੋਜ਼ ਪਰਿਵਾਰ ਨੇ, ਆਪਾਂ ਉਹਨਾਂ ਨੂੰ ਕੁਛ ਗੱਲਾਂ ਪੁੱਛਾਂਗੇ, ਉਹ ਥਰੂ ਕਿ ਉਹਨਾਂ ਨੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਨਾਂ ਨੇ ਕੀ CDC ਦੀ ਗਾਈਡਲਾਈਨ ਫਾਲੋ ਕੀਤੀ, ਅਤੇ ਡਿਸਟੈਂਸ ਬਾਰੇ ਕੀ ਕੀਤਾ, ਅਤੇ ਸੇਫਟੀ ਦਾ ਕਿੱਦਾਂ ਧਿਆਨ ਰੱਖਿਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋਨਾ ਦਾ ਕੰਟਰੋਲ ਤਾਂ ਹੋ ਗਿਆ, ਲੇਕਿਨ ਉਹਦੀ ਜਿਹੜੀ ਡਿਸਟੈਂਸ ਆ ਜਾਂ ਗਾਈਡਲਾਈਨਸ ਆ ਹੈਲਥ, ਉਹ ਫਾਲੋ ਕਰਨੀ ਵੀ ਜ਼ਰੂਰੀ ਆ, ਕਿਉਂਕਿ ਜੇ ਆਪਾਂ ਗਾਈਡਲਾਈਨ ਫਾਲੋ ਕਰਾਂਗੇ ਤਾਂ ਫਿਰ ਹੀ ਆਪਾਂ ਨੂੰ ਆਪਾਂ ਪ੍ਰੋਪਰ ਜਿਹੜੀ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਉਸੇ ਕਰਕੇ ਆਪਾਂ ਫੋਨ 'ਤੇ ਹੀ ਗੱਲਬਾਤ ਉਹਨਾਂ ਨਾਲ ਕਰਾਂਗੇ ਅੱਜ, ਕਿ ਉਹਨਾਂ ਦਾ ਜਿਹੜਾ ਫੰਕਸ਼ਨ ਸੀ ਉਹ ਕਿਸ ਤਰ੍ਹਾਂ ਉਹਨਾਂ ਨੇ ਪ੍ਰੋਪਰ ਕਰਿਆ, ਤਾਂ ਕਿ ਆਪਣੀ ਪੂਰੀ ਕਮਿਊਨਿਟੀ ਨੂੰ ਇਹ ਪਤਾ ਲੱਗ ਸਕੇ ਕਿ ਫੰਕਸ਼ਨ ਜੇ ਕਰਨਾ ਆ ਤਾਂ ਆਪਾਂ ਨੂੰ ਕਿਸ ਤਰੀਕੇ ਨਾਲ ਕਰਨਾ ਚਾਹੀਦਾ, ਅਤੇ ਆਪਾਂ ਕੋਸ਼ਿਸ਼ ਕਰਦੇ ਉਹਨਾਂ ਨੂੰ ਫੋਨ 'ਤੇ ਜੋੜਨ ਦੀ। ਜੀ ਰਾਗਰਾ ਸਾਹਿਬ, ਜੀ ਆਵਾਜ਼ ਆ ਰਹੀ ਜੀ ਮੇਰੀ? ਹਾਂਜੀ ਆਵਾਜ਼ ਆ ਰਹੀ ਹੈ, ਤੁਹਾਡਾ ਨਿੱਘਾ ਸਵਾਗਤ ਹੈ ਜੀ ਜਸ ਟੀਵੀ 'ਤੇ। ਹਾਂਜੀ ਹਾਂਜੀ, ਤੁਹਾਨੂੰ ਜਸ ਟੀਵੀ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਾਂ ਤੁਹਾਡੇ ਨਾਲ ਕੁਛ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੋਂ ਸ਼ੇਅਰ ਕਰਨੀ ਆ, ਆਪਣੇ ਜਿੰਨੇ ਵੀ ਆ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਟੀਵੀ ਨੂੰ, ਕਿ ਜਿਹੜਾ ਹਾਂਜੀ ਪ੍ਰੋਗਰਾਮ ਤੁਸੀਂ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਗ੍ਰੈਂਡ ਸਨ ਦੇ ਬਰਥਡੇ ਦੀਆਂ, ਜਿਹੜਾ ਓਵਰ ਦਾ ਵੀਕਐਂਡ ਸੀ ਬਹੁਤ ਵਧੀਆ ਸੀ, ਦਾਸ ਨੇ ਖੁਸ਼ ਵੀ ਅਟੈਂਡ ਕੀਤਾ, ਥੈਂਕ ਯੂ ਜੀ, ਥੈਂਕ ਯੂ। ਤੇ ਆਪਾਂ ਇਹ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ, ਥੈਂਕ ਯੂ। ਮੈਂ ਹੁਣ ਬੈਨ ਬਾਂਸਲ ਜੀ ਨੂੰ
ਅਦਰ ਸਰਕਾਰ ਦੇ ਵੀਰ ਜੀ ਨੂੰ ਕਹਾਂਗੇ ਕਿ ਦੋ ਸ਼ਬਦ ਜੀ ਦੋਸਤੋ, ਤੁਸੀਂ ਸੁਣਿਆ ਕਿ ਜੋ ਪ੍ਰੋਗਰਾਮ ਜੇ ਕਰਨਾ ਹੋਦਾਂ ਕੀਤਾ ਜਾ ਸਕਦਾ, ਕਿੱਥੋਂ ਤੁਸੀਂ ਮੇਹਰੇ ਕਾਉਂਟੀ ਤੋਂ ਵੀ ਲੈ ਸਕਦੇ ਹੋ ਜਾਂ ਜਿਹੜਾ ਹਾਲ ਆ ਉੱਥੋਂ ਵੀ ਲਿਜਾ ਸਕਦੇ ਹੋ, ਅਤੇ ਜ਼ਰੂਰ ਆਪਣੇ ਆ ਸਿਹਤ ਦਾ ਜ਼ਰੂਰ ਖਿਆਲ ਰੱਖੋ, ਅਤੇ ਆ ਜਿਹੜਾ ਹੁਣੀ ਕਰੋਨਾ ਦੀ ਵੈਕਸੀਨ ਆਈ ਹੋਈ ਆ ਉਹ ਨਹੀਂ ਲਵਾਈ ਤਾਂ ਜ਼ਰੂਰ ਲਵਾ ਲਓ, ਕਿਉਂਕਿ ਹੁਣ ਤੁਸੀਂ ਸੁਣਿਆ ਕਿ ਅੱਜ ਕੱਲ੍ਹ ਬੰਦਾ ਉਹਨੂੰ ਇਨਵਾਈਟ ਕਰ ਰਿਹਾ ਜਿਹਨੇ ਲਵਾਈ ਹੋਈ ਆ, ਅਤੇ ਉਹਦਾ ਮਤਲਬ ਕਿ ਹਰ ਕੋਈ ਬੰਦਾ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦਾ। ਇਹ ਜ਼ਰੂਰੀ ਵੀ ਹੈ, ਕਿਉਂ ਸੇਫਟੀ ਜ਼ਰੂਰੀ ਆ, ਜੇ ਸੇਫ ਕੀ ਕਹਿੰਦੇ ਜਾਣਿਆਂ ਦਾ ਜਹਾਨ ਆ, ਜੇ ਸੇਫਟੀ ਆ ਤੇ ਤਾਂ ਹੀ ਤੁਹਾਡੀ ਸਿਹਤ ਚੰਗੀ ਆ, ਜੇ ਸਿਹਤ ਚੰਗੀ ਆ ਤਾਂ ਉਹਦੇ ਨਾਲ ਨਾਲ ਤੁਸੀਂ ਵਧੀਆ ਆਪਣੀ ਜ਼ਿੰਦਗੀ ਜਿਹੜੀ ਬਤੀਤ ਕਰ ਸਕਦੇ ਹੋ, ਅਤੇ ਇਹ ਜਿਹੜਾ ਕਰੋਨਾ ਦਾ ਮਹਾਂਮਾਰੀ ਇਹ ਤੋਂ ਵੀ ਬਚ ਸਕਦੇ ਹੋ। ਇਸੇ ਨਾਲ ਆਪਾਂ ਮੂਵ ਔਨ ਹੁੰਦੇ ਹਾਂ, ਜਿਹੜੇ ਕਾਰੋਬਾਰ ਆ ਉਹ ਵੀ ਜ਼ਰੂਰੀ ਆ, ਕਿਉਂਕਿ ਜੇ ਸਿਹਤ ਆ ਤਾਂ ਕਾਰੋਬਾਰ ਵੀ ਕਰਨੇ ਪੈਣੇ ਆ, ਕਾਰੋਬਾਰ ਕਰਾਂਗੇ ਤਾਂ ਪੈਸਾ ਆਊਗਾ, ਜੇ ਪੈਸਾ ਆਊਗਾ ਤਾਂ ਫਿਰ ਹੀ ਸਾਡੇ ਜਿਹੜੇ ਰੁਝੇਵੇਂ ਚੱਲਦੇ ਨੇ। ਇਸੇ ਨਾਲ ਹੀ ਸਾਡੇ ਇੱਕ ਗੁਰਪਾਲ ਸਿੰਘ ਜੀ ਥਿੰਦ ਜੁੜੇ ਨੇ, ਆਪਾਂ ਲੈਂਦੇ ਉਹਨਾਂ ਨੂੰ ਜੀ। ਜੀ ਗੁਰਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਟੀਵੀ ਤੇ, ਜਸ ਟੀਵੀ ਤੇ ਜੀ। ਹੈਲੋ, ਹਾਂਜੀ ਆਵਾਜ਼ ਆ ਰਹੀ ਜੀ? ਹਾਂਜੀ ਸਰ, ਹਾਂਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ ਜਸ ਟੀਵੀ ਤੇ ਜੀ। ਸਤਿ ਸ੍ਰੀ ਅਕਾਲ ਗੁਰਪਾਲ ਸਿੰਘ ਜੀ, ਪਹਿਲਾਂ ਤਾਂ ਇਹ ਦੱਸੋ ਤੁਸੀਂ ਇੰਡੀਆਨਾ ਦੇ ਵਿੱਚ ਕਿਹੜੀ ਜਗ੍ਹਾ ਰਹਿੰਦੇ ਹੋ ਜੀ? ਮੈਂ ਭਾਜੀ ਇੰਡੀਆਨਾ ਦੇ ਵਿੱਚ ਏਵਨ ਇੰਡੀਆਨਾ ਕਿੰਨੇ ਚਿਰ ਤੋਂ ਕਰ ਰਹੇ ਜੀ ਇਹ? ਪਹਿਲਾਂ ਮੈਂ ਕਾਫੀ ਦੇਰ ਡਰਾਈਵਿੰਗ ਕਰਦਾ ਰਿਹਾ, ਉਸ ਤੋਂ ਬਾਅਦ ਦੇ ਵਿੱਚ ਟੈਚ ਕੀਤੀ ਆ, ਮਕੈਨਿਕ ਕੀਤੀ ਆ, ਇਹਦੇ ਬਾਰੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਇਸ ਲਾਈਨ ਦੇ ਵਿੱਚ ਆ। ਠੀਕ ਹੈ ਜੀ। ਇੰਡੀਆਨਾ ਤੋਂ ਪਹਿਲਾਂ ਕਿੱਥੋਂ ਰਹਿੰਦੇ ਸੀ ਜੀ? ਕਿਉਂ ਕਾਫੀ ਲੋਕ ਆਪਣੇ ਸੱਜਣ ਮੂਵ ਹੋਏ ਨੇ ਇੰਡੀਆਨਾ ਚ। ਮੈਂ ਸਿਆਟਲ ਤੋਂ ਰਹਿੰਦਾ ਸੀ। ਠੀਕ ਹੈ ਜੀ। ਕੈਂਪਸ ਵਿੱਚ ਉੱਥੋਂ ਮੂਵ ਹੋ ਕੇ ਆਇਆ ਤੇ ਸੱਜਣ ਵਿੱਚ ਰਹਿੰਦੇ ਸੀ ਆਪਣੇ, ਬਹੁਤ ਲੱਗੇ। ਹਾਂਜੀ, ਉਹਨਾਂ ਕੋਲ ਆਏ ਸੀਗੇ। ਹਾਂਜੀ, ਤੇ ਜੇ ਸਿਆਟਲ ਨੂੰ ਤੇ ਇੰਡੀਆਨਾ ਨੂੰ ਕੰਪੇਅਰ ਕਰਨਾ ਹੋਵੇ, ਕਿੰਨਾ ਫਰਕ ਲੱਗਦਾ ਤੁਹਾਨੂੰ ਖਰਚੇ ਵਿੱਚ? ਬਹੁਤ ਫਰਕ ਹੈ ਜੀ, ਬੱਚਿਆਂ ਨਾਲੋਂ ਜਿਹੜੀ ਕਿ ਆਪਣੀ ਸੋਸ਼ਲ ਲਾਈਫ ਉਹ ਇੱਥੇ ਬਹੁਤ ਵਧੀਆ ਹੈ ਜਿਹੜੀ ਇੰਡੀਆਨਾ ਸਟੇਟ ਦੇ ਵਿੱਚ ਆ। ਉੱਥੇ ਇਹ ਚੀਜ਼ ਨਹੀਂ ਮਿਲਦੀ ਤੇ ਹੈ, ਠੀਕ ਹੈ, ਬਹੁਤ ਵਧੀਆ ਉਹ ਵੀ, ਪਰ ਜਿਹੜੀ ਤੁਹਾਡੀ ਸੋਸ਼ਲ ਲਾਈਫ ਹੈ ਇੱਥੇ ਬਹੁਤ ਵਧੀਆ ਜੀ। ਖਰਚੇ ਬਾਈ ਤੁਸੀਂ ਕੀ ਕਹੋਗੇ, ਜਿਹੜਾ ਉੱਥੇ ਘਰ ਇੱਥੇ ਘਰ ਲੈਣਾ ਹੋਵੇ ਕਿੰਨਾ ਖਰਚਾ ਆ? ਭਾਜੀ ਉੱਥੇ ਜਿਹੜਾ ਇੱਥੇ ਘਰ ਆਪਾਂ ਲਏ ਹੋਏ ਉੱਥੇ ਲੈਣਾ ਹੋਵੇ ਤੁਹਾਨੂੰ ਐਟਲੀਸਟ ਹਾਫ ਮਿਲੀਅਨ ਤੋਂ ਉੱਪਰ ਚਾਹੀਦਾ ਆ। ਇੱਥੇ ਜਿਹੜਾ ਤੁਹਾਡਾ 2 ਲੱਖ 3 ਲੱਖ ਦਾ ਘਰ ਬਣ ਜਾਂਦਾ ਉੱਥੇ ਤੁਹਾਨੂੰ ਚਾਹੀਦਾ। ਦੂਸਰਾ ਮੇਰਾ ਇੱਕ ਮਨ ਦੇ ਵਿੱਚ ਕੁਐਸਚਨ ਸੀ ਕਿ ਹੁਣ ਕਾਫੀ ਮੈਂ ਸੱਜਣਾ ਟਰੱਕਾਂ ਵਾਲਿਆਂ ਨਾਲ ਗੱਲ ਕੀਤੀ, ਕਹਿੰਦੇ ਰੇਟ ਬਾਹਲੇ ਵਧੇ ਹੋਏ ਨੇ, ਜਦੋਂ ਰੇਟ ਵੱਧ ਜਾਂਦੇ ਨੇ ਸਾਡੇ ਬੰਦੇ ਨਵੇਂ ਟਰੱਕ ਚੁੱਕ ਲੈਂਦੇ ਨੇ, ਕੀ ਇਹ ਕਰਨਾ ਚਾਹੀਦਾ ਜਾਂ ਨਹੀਂ?
ਕਹਿੰਦੇ ਨੇ ਹੁੰਦੇ ਜਿੱਦਾਂ ਜਿੰਨੀ ਮਤਲਬ ਚਾਦਰ ਦੇ ਹਿਸਾਬ ਨਾਲ ਪੈਰ ਉਸਾਰੀ ਵਧੀਆ ਲੱਗਦਾ। ਫਿਰ ਕਈ ਵੇਲੇ ਕੀ ਹੁੰਦਾ ਜਦੋਂ ਪਹਿਲਾ ਟਾਈਮ ਇੱਕ ਵਾਰੀ ਆਇਆ ਸੀ ਕਿ ਲੋਕਾਂ ਨੇ ਇੱਕ ਤੱਕ ਵਧੀਆ ਚੱਲਦਾ ਬਈ ਹਾਂ ਵਧੀਆ ਪੈਸੇ ਬਣਦੇ, ਲੋਕਾਂ ਨੇ ਚਾਰ ਚਾਰ ਪੰਜ ਪੰਜ ਚੱਕ ਲਏ। ਉਸ ਤੋਂ ਬਾਅਦ ਕੀ ਹੋਇਆ ਕਿ ਉਹ ਬੈਂਕਾਂ ਨੂੰ ਫਿਰ ਮੁੜ ਕੇ ਜਾਣੇ ਪਏ, ਉਹ ਜਦੋਂ ਉਹ ਸਾਲ ਤੋਂ ਬਾਅਦ ਵਿੱਚ ਰੇਟ ਥੱਲੇ ਆ ਗਏ ਤੇ ਪੇਮੈਂਟਾਂ ਵੀ ਭਾਜੀ ਅਫੋਰਡ ਨਹੀਂ ਹੁੰਦੀਆਂ, ਇੰਸ਼ੋਰੈਂਸਾਂ ਪੇਮੈਂਟਾਂ ਹੋਰ ਖਰਚੇ ਰਿਪੇਅਰ ਦੇ ਖਰਚੇ, ਬਹੁਤ ਸਾਰੇ ਖਰਚੇ ਜਿਹੜੇ ਕਿ ਆਪਾਂ ਕਰਨੇ ਹੁੰਦੇ ਉਹ ਫਿਰ ਤੁਹਾਡੇ ਹੁੰਦੇ ਨੀ ਗੇ, ਉਹਦਾ ਕਰਕੇ ਫਿਰ ਬੰਦਿਆਂ ਨੂੰ ਆ ਸਟੈਪ ਲੈਣਾ ਪੈਂਦਾ। ਜੀ। ਤੇ ਦੂਸਰਾ ਜਿਹੜਾ ਹੁਣ ਆਪਣੇ ਕਾਫੀ ਜਿਹੜੇ ਪੰਜਾਬੀ ਮੁੰਡੇ ਇੰਡੀਆ ਤੋਂ ਆ ਕੇ ਬਹੁਤ ਥੋੜਾ ਟਾਈਮ ਟਰੱਕ ਸਿੱਖਦੇ ਆ ਜਾਂ ਉਹਨੂੰ ਟ੍ਰੇਨਿੰਗ ਨਹੀਂ ਲੈਂਦੇ, ਕਾਫੀ ਲਾਸਟ ਈਅਰ ਦੇ ਵਿੱਚ ਮੈਂ ਨੰਬਰ ਪੜ੍ਹੇ ਸੀ ਕਾਫੀ ਆਪਣੇ ਕੇ ਸਭ ਤੋਂ ਵੱਧ ਨੰਬਰ ਆਪਣੇ ਪੰਜਾਬੀਆਂ ਦੇ ਸੀ ਡੈਥ ਹੋਣ ਦੇ ਵਿੱਚ, ਉਹਨਾਂ ਨੂੰ ਕੀ ਕਹੋਗੇ ਤੁਸੀਂ ਕਿ ਕਿੰਨਾ ਕੁ ਟਾਈਮ ਟਰੱਕ ਸਿੱਖਣ ਜਾਂ ਪ੍ਰੋਪਰ ਤਰੀਕਾ ਕੀ ਹੁੰਦਾ ਟਰੱਕ ਸਿੱਖਣ ਦਾ? ਕੋਈ ਵੀ ਕੰਮ ਆ ਅਭਿਆਸ ਬਹੁਤ ਜ਼ਰੂਰੀ ਆ ਜੀ, ਕਿਸੇ ਵੀ ਕੰਮ ਨੂੰ ਤੁਸੀਂ ਲੈ ਕੇ ਤਾਂ ਦੇਖ ਲਓ ਉਹਨੂੰ ਅਭਿਆਸ ਜ਼ਰੂਰੀ ਆ। ਜਦੋਂ ਆਪਾਂ ਅਭਿਆਸ ਨਹੀਂ ਕਰਦੇ ਉਦੋਂ ਫਿਰ ਹੈਪਨ ਹੋਣੇ, ਕਿਉਂਕਿ ਇਹ ਇੱਕ ਚੱਲਦੀ ਫਿਰਦੀ ਮਤਲਬ ਬੰਬੀ ਆ ਜੀ, ਤੁਸੀਂ ਜੇ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਨਹੀਂ ਚਲਾਉਣਾ ਸਿੱਖਦੇ ਤੁਸੀਂ ਫਿਰ ਗਲਤੀਆਂ ਨੈਚੁਰਲੀ ਹੋ ਜਾਂਦੀਆਂ ਜੀ, ਤੁਹਾਨੂੰ ਮੋੜਨ ਦਾ ਨਹੀਂ ਪਤਾ, ਤੁਹਾਨੂੰ ਬ੍ਰੇਕ ਲਾਉਣ ਦਾ ਨਹੀਂ ਆਈਡੀਆ ਹੈਗਾ ਵੈਦਰ ਕਿੱਦਾਂ ਦਾ ਨਾ, ਉਹਦਾ ਕਰਕੇ ਇਹ ਹੈਪਨ ਹੋ ਜਾਂਦਾ। ਜੇਕਰ ਤੁਸੀਂ ਪ੍ਰੋਪਰ ਤਰੀਕੇ ਨਾਲ ਸਿੱਖਦੇ ਆ 6 ਮਹੀਨੇ ਲਾਉਣੇ ਆ ਕਿਸੇ ਨਾਲ ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ। ਦੇਖੋ ਇਹ ਤਾਂ ਬੜਾ ਬੜੀ ਵਧੀਆ ਤੁਸੀਂ ਗੱਲ ਕਹੀ ਕਿ ਅਭਿਆਸ ਜ਼ਰੂਰੀ ਆ। ਮੈਂ ਤੁਹਾਨੂੰ ਇੱਕ ਆਊਟਡੋਰ ਦਾ ਬੇ ਕੁਐਸਚਨ ਪੁੱਛਦਾ, ਜਿਹੜਾ ਵੀ ਅੱਜ ਦਾ ਤੁਸੀਂ ਕੰਮ ਦੇ ਵਿੱਚ ਪਏ ਆ ਕਿ ਬਾਕੀ ਕੰਮਾਂ 'ਚ ਮੈਨੂੰ ਕਾਫੀਆਂ 'ਚ ਪਤਾ ਵੀ ਧੋਖਾਧੜੀ ਹੈਗੀ ਆ, ਬੇਈਮਾਨੀ ਚੱਲਦੀ ਆ, ਇਹਦੇ ਵਿੱਚ ਤੁਹਾਡੇ ਨਾਲ ਕਦੀ ਤੁਹਾਡੀ ਲਾਈਫ ਦੇ ਚੱਲਦਿਆਂ ਵਿੱਚ ਵੀ ਤੁਹਾਡੇ ਨਾਲ ਵੀ ਕਦੀ ਇੱਦਾਂ ਦੀ ਹੋਈ ਆ ਘਟਨਾ? ਭਾਜੀ ਮੇਰੇ ਨਾਲ ਤਾਂ ਬਹੁਤ ਵੱਡੀ ਹੋਈ ਹੋਈ ਆ ਜੀ, ਥੋੜ੍ਹੀ ਨਹੀਂ, ਬਹੁਤ ਚੀਜ਼ਾਂ ਬਚ ਕੇ ਰਹਿਣਾ ਚਾਹੀਦਾ। ਇੱਕ ਤਾਂ ਹੁੰਦੀ ਆ ਵੀ ਮਾੜੀ ਮੋਟੀ ਗੱਲ ਹੋ ਜਾਂਦੀ ਹੈ, ਇਹਨਾਂ ਕੰਮਾਂ 'ਚ ਬਹੁਤ ਵੱਡੀਆਂ ਹੋ ਜਾਂਦੀਆਂ, ਬਹੁਤ ਵੱਡੀ ਪੈਂਦੀ ਹੋਈ ਆ। ਟਾਈਮ ਘੱਟ ਆ ਆਪਣੇ ਕੋਲ ਕਿਉਂਕਿ ਬ੍ਰੇਕ ਜਲਦੀ ਹੋ ਜਾਂਦੀ, ਉਹਦੇ ਕਰਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢਿਆ, ਆਪਾਂ ਆਉਣ ਵਾਲੇ ਸਮੇਂ ਤੁਹਾਡੀ ਜਿਹੜੀ ਟ੍ਰੈਜਡੀ ਆ ਉਹ ਜ਼ਰੂਰ ਲੋਕਾਂ ਤੱਕ ਪਹੁੰਚਾਵਾਂਗੇ। ਆਪਣਾ ਕੰਮ ਇਹ ਆ ਕਿ ਜੇ ਕਿਸੇ ਦੇ ਨਾਲ ਕੋਈ ਗੱਲ ਹੋਈ ਹੋਈ ਆ ਤੇ ਉਹਨੂੰ ਜ਼ਰੂਰ ਆਪਾਂ ਲਿਆਈਏ ਤੇ ਉਹ ਗੱਲ ਦੱਸੇ ਕਿ ਤਾਂ ਲੋਕ ਉਸ ਗੱਲ ਤੋਂ ਬਚ ਸਕਣ, ਵੀ ਆਹ ਗੱਲ ਜਿਹੜੀ ਆ, ਜਿਹੜੀ ਤੁਸੀਂ ਡਰਾਈਵਰੀ ਦੀ ਗੱਲ ਕੀ ਕਿ ਅਭਿਆਸ ਕਰੋ ਐਕਸੀਡੈਂਟ ਤੋਂ ਬਚ ਜਾਓਗੇ, ਮੈਂ ਇਹੀ ਕਹੂੰਗਾ ਕਿ ਤੁਸੀਂ ਕੰਪਨੀ ਖੋਲ੍ਹਦੇ ਹੋ ਉਹ 'ਚ ਵੀ ਅਭਿਆਸ ਕਰੋ ਤਾਂ ਕਿ ਤੁਸੀਂ ਚੋਰਾਂ ਠੱਗਾਂ ਤੋਂ ਜਾਂ ਬੇਈਮਾਨਾਂ ਤੋਂ, ਬੇਈਮਾਨ ਬ੍ਰੋਕਰ ਵੀ ਹੋਣਗੇ, ਬੇਈਮਾਨ ਰਿਸੀਵਰ ਵੀ ਹੋਣਗੇ, ਉਹਨਾਂ ਤੋਂ ਬਚ ਸਕੋ। ਤੇ ਭਾਜੀ ਤੁਹਾਡਾ ਬਹੁਤ ਹਾਂਜੀ ਭਾਜੀ ਹਾਂਜੀ ਥੈਂਕ ਯੂ ਤੁਹਾਡਾ ਜੀ ਤੁਹਾਡਾ ਹਾਂਜੀ ਕੀ ਕਹਿਣਾ ਚਾਹੁੰਗੇ ਜਾਂਦੇ ਜੀ? ਇਹ ਕਹਾਂਗੇ ਕਿ ਮਿਹਨਤ ਕਰਨੀ ਚਾਹੀਦੀ ਆ, ਕਦੇ ਵੀ ਕਿਸੇ ਨਾਲ ਗਲਤ ਕੰਮ ਨਾ ਕਰੋ ਕਿ ਉਹ ਤੁਹਾਨੂੰ ਘਰੇ ਬੈਠਾ ਵੀ ਦੋ ਗਾਲਾਂ ਕੱਢੇ। ਇਹ ਇਹ ਕੰਮ ਕਰੋ ਕਿ ਹਰੇਕ ਬੰਦਾ ਤੁਹਾਨੂੰ ਚੇਤੇ ਰੱਖੇ, ਇਮਾਨਦਾਰੀ ਨਾਲ ਜਿਹੜਾ ਕੰਮ ਕੀਤਾ ਭਾਜੀ ਹਮੇਸ਼ਾ ਫੁੱਲਦਾ ਆ ਵੱਧਦਾ ਆ, ਉਹ ਕਰੋ ਤੁਹਾਨੂੰ ਖੁਸ਼ੀ ਆ, ਨੀਂਦ ਸੌਖੀ ਆਉਂਦੀ ਆ, ਤੁਸੀਂ ਵਧੀਆ ਕਰਦੇ ਹੋ, ਵਧੀਆ ਵਧੀਆ ਲੱਗਦਾ ਉਸ ਚੀਜ਼ ਨਾਲ। ਥੈਂਕ ਯੂ ਭਾਜੀ, ਥੈਂਕ ਯੂ ਗੁਰਪਾਲ ਸਿੰਘ ਸਿੰਘ ਜੀ ਤੁਹਾਡਾ, ਤੁਸੀਂ ਜਿਹੜਾ ਟੀਵੀ ਲਈ ਟਾਈਮ ਕੱਢਿਆ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਮੰਡੇ ਟੂ ਫਰਾਈਡੇ ਟਾਈਮ ਕੱਢਣਾ ਬਹੁਤ ਔਖਾ ਆ, ਤੇ ਤੁਹਾਡਾ ਬਹੁਤ ਧੰਨਵਾਦ ਆ ਜੀ। ਥੈਂਕ ਯੂ ਭਾਜੀ ਥੈਂਕ ਯੂ ਜੀ ਜੀ ਦਰਸ਼ਕੋ, ਇਹ ਸਨ ਗੁਰਪਾਲ ਸਿੰਘ ਜੀ ਸਿੰਧ ਜੋ A1 ਇੰਡੀਆ ਦੇ ਵਿੱਚ ਰਹਿੰਦੇ ਨੇ, ਜਿਹਨਾਂ ਦੀ ਆਪਣੀ ਟਰੈਕਿੰਗ ਕੰਪਨੀ ਵੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਟ੍ਰੈਜਡੀ ਆ ਉਹ ਜ਼ਰੂਰ ਪੁੱਛਾਂਗੇ, ਜੇ ਹੋਰ ਵੀ ਕੋਈ ਇਸ ਤਰ੍ਹਾਂ ਦੀ ਟ੍ਰੈਜਡੀ ਜਿਹੜੀ ਤੁਹਾਡੇ ਨਾਲ ਹੋਈ ਆ ਜਾਂ ਧੋਖਾਧੜੀ ਜਾਂ ਟਰੱਕਿੰਗ ਬਿਜ਼ਨਸ ਬਿਜ਼ਨਸ ਕੋਈ ਵੀ ਹੋਵੇ ਜਾਂ ਤੁਸੀਂ ਕਿਸੇ ਜਿਹੜਾ ਪਾਰਟਨਰ ਜਾਂ ਕੋਈ ਬੇਈਮਾਨ ਬੰਦਾ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਕਿਸੇ ਬੰਦੇ ਨੇ ਪੰਜਾਬੀ ਕਮਿਊਨਿਟੀ ਨਾਲ ਜਾਂ ਕਿਸੇ ਪੰਜਾਬੀ ਭੈਣ ਭਰਾ ਨਾਲ ਧੋਖਾਧੜੀ ਕੀਤੀ, ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਆ ਕਰੋ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਬੰਦਾ ਕਿਸੇ ਵੀ ਮਾੜੇ ਕੰਮ ਤੋਂ ਬਚਿਆ ਰਹੇ ਔਰ ਸਾਡੀ ਪੰਜਾਬੀ ਕਮਿਊਨਿਟੀ ਅਵੇਅਰ ਰਹੇ, ਔਰ ਸਪੈਸ਼ਲੀ ਜਿਹੜੀ ਆਪਾਂ ਡਰਾਈਵਰਾਂ ਦੀ ਗੱਲ ਕੀਤੀ ਸੀ, ਜ਼ਰੂਰ ਅਵੇਅਰ ਰਹੋ, ਜਿਹੜਾ ਭਾਅ ਜੀ ਉਹਨਾਂ ਨੇ ਹੁਣੇ ਕਿਹਾ ਗੁਰਪਾਲ ਸਿੰਘ ਨੇ ਕਿ ਅਭਿਆਸ ਕਰਨਾ, ਜ਼ਰੂਰ ਅਭਿਆਸ ਕਰੋ, ਇੱਕ ਟਰੱਕ ਚੱਲਦਾ ਫਿਰਦਾ ਬੰਬ ਹੈ, ਬੰਬ 'ਤੇ ਬਹਿਣ ਨਾਲੋਂ ਪਹਿਲਾਂ ਅਭਿਆਸ ਕਰੋ ਕਿ ਸਾਡਾ ਜਿਹੜਾ ਰਿਸਕ ਹੈ ਉਹ ਘੱਟ ਜਾਵੇ, ਲਾਈਫ ਜਿਹੜੀ ਇੱਕੋ ਵਾਰ ਮਿਲਣੀ ਆ, ਜਦੋਂ ਉਹ ਲਾਈਫ ਖਤਮ ਹੋ ਗਈ ਫਿਰ ਡਨ ਆ, ਲਾਈਫ ਇਜ਼ ਟੂ ਸ਼ੋਰਟ। ਇਸੇ ਕਰਕੇ ਵਿਆਹ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਜਲਦੀ ਆ ਜਾਂਦੀ ਆ, ਦਿਓ ਇੱਕ ਬ੍ਰੇਕ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਧੰਨਵਾਦ। ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ, ਇਹੀ ਖਬਰ ਗੱਲਾਂ ਬਾਤਾਂ ਦਾ ਸਿਲਸਿਲਾ ਜੋ ਕਿ ਆਪਣੀ ਕਮਿਊਨਿਟੀ ਨਾਲ ਜੁੜੀਆਂ ਨੇ, ਆਪਾਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਗੁਰਪਾਲ ਸਿੰਘ ਜੀ ਕਹਿੰਦੇ ਜੋ A1 ਇੰਡੀਆ ਵਿੱਚ ਰਹਿੰਦੇ ਨੇ, ਉਹਨੇ ਬੜੀ ਵਧੀਆ ਗੱਲ ਦੱਸਿਆ। ਇਸੇ ਤਰ੍ਹਾਂ ਹੀ ਆਪਾਂ ਇੱਕ ਹੋਰ ਆਪਣੇ ਸੱਜਣ ਨੇ ਸਿਧਾਂਤ ਮਹੰਤ ਜੀ, ਜਿਹਨਾਂ ਨੂੰ ਆਪਾਂ ਤੁਹਾਡੇ ਨਾਲ ਰੂਬਰੂ ਜ਼ਰੂਰ ਕਰਾਵਾਂਗੇ, ਉਹਨਾਂ ਨੇ ਆਪਣੀ ਟਰੱਕਿੰਗ ਕੰਪਨੀ ਔਰ ਸਕੂਲ ਔਰ ਟਰੱਕਾਂ ਵੀਰਾਂ ਲਈ ਬਹੁਤ ਇਨਫੋਰਮੇਸ਼ਨ ਜਿਹੜੀ ਹੈ ਉਹ ਆਈ ਸੀ ਪਿਛਲੀ ਵਾਰੀ, ਲੇਕਿਨ ਕੁਛ ਗੱਲਾਂ ਰਹਿ ਗਈਆਂ ਸੀ, ਆਪਾਂ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਹਾਜ਼ਰੀ ਲਵਾਉਣੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਮਾਨ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਮਹਾਰਾਜ, ਸਭ ਠੀਕ ਠਾਕ ਹੈ ਜੀ? ਠੀਕ ਠਾਕ ਹੈ ਜੀ।
ਮਾਨ ਸਾਹਿਬ ਤੁਹਾਡਾ ਫਿਰ ਤੋਂ ਸਵਾਗਤ ਹੈ ਕਿ ਤੁਸੀਂ ਸੈਕਿੰਡ ਟਾਈਮ ਜਿਹੜਾ ਟਾਈਮ ਕੱਢਿਆ ਡੀਓਟੀ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਲੈ ਕੇ। ਜੇ ਤੁਸੀਂ ਸੁਣ ਰਹੇ ਹੋ ਤਾਂ ਆਪਾਂ ਗੱਲ ਕਰ ਰਹੇ ਸੀ ਗੁਰਪਾਲ ਸਿੰਘ ਜਿੱਥੇ, ਜਿਹਨਾਂ ਨੇ ਦੱਸਿਆ ਕਿ ਉਹਨਾਂ ਨੇ ਬੜੀ ਵਧੀਆ ਗੱਲ ਕੀ ਕਿ ਕਿਸੇ ਵੀ ਕੰਮ ਦਾ ਅਭਿਆਸ ਕਰਨਾ ਜ਼ਰੂਰੀ ਆ। ਅਤੇ ਮੈਂ ਉਹਨਾਂ ਨਾਲ ਗੱਲ ਕਰਦਾ ਪਿਆ ਸੀ ਕਿ ਲਾਸਟ ਈਅਰ ਦੇ ਵਿੱਚ ਆਪਣੇ ਇੰਡੀਅਨ ਔਰ ਪੰਜਾਬੀ ਬੰਦਿਆਂ ਦੀਆਂ ਕਾਫੀ ਡਿੱਥਾਂ ਹੋਈਆਂ ਡਰਾਈਵਰੀ ਦੇ ਵਿੱਚ। ਉਹਦਾ ਕਾਰਨ ਡੀਓਟੀ ਦੱਸ ਰਹੀ ਸੀ ਕਿ ਬੰਦਿਆਂ ਨੇ ਪ੍ਰੋਪਰ ਕੰਮ ਨਹੀਂ ਸਿੱਖਿਆ। ਤੁਸੀਂ ਕਾਫੀ ਦੇਰ ਤੋਂ ਟਰੱਕਿੰਗ ਲਾਈਨ ਦੇ ਵਿੱਚ ਹੋ, ਪਹਿਲਾਂ ਤਾਂ ਇਹ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਜੋ ਵੀ ਬੰਦਾ ਟਰੱਕਿੰਗ ਲਾਈਨ 'ਚ ਪੈਣਾ ਚਾਹੁੰਦਾ ਹੈ ਉਹਨੂੰ ਕਿਸ ਪ੍ਰੋਪਰ ਤਰੀਕੇ ਨਾਲ ਟਰੱਕ ਸਿੱਖਣਾ ਚਾਹੀਦਾ ਜਾਂ ਉਹਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਹਾਂਜੀ, ਪਹਿਲਾਂ ਤਾਂ ਜਿੰਨੇ ਵੀ ਜੋ ਵੀ ਟਰੱਕ ਕੰਪਨੀ ਖੋਲਣਾ ਚਾਹੀਦਾ ਇਨੀਸ਼ੀਅਲੀ ਉਹਨਾਂ ਨੂੰ ਆਪ ਵੀ ਟਰੱਕਿੰਗ ਦੀ ਨੌਲੇਜ ਹੋਣੀ ਚਾਹੀਦੀ ਹੈਗੀ। ਸਾਨੂੰ ਪਹਿਲਾਂ ਤਾਂ ਜੀ ਤੁਸੀਂ ਕੋਈ ਅੱਛੇ ਸਕੂਲ 'ਚ ਜਾਓ, ਉੱਥੋਂ ਪ੍ਰੋਪਰ ਤਰੀਕੇ ਨਾਲ ਕਲਾਸਿਸ ਲਓ, ਚਲਾਉਣਾ ਸਿੱਖੋ, ਠੀਕ ਹੈ ਜੀ। ਹੋ ਸਕੇ ਤਾਂ ਥੋੜ੍ਹੀ ਬਿਜ਼ਨਸ ਕਲਾਸ ਵੀ ਲਓ, ਕਿਉਂਕਿ ਜੋ ਡਰਾਈਵਰ ਬਣ ਜਾਂਦੇ ਹੈ ਰਾਈਟ, ਉਹਨਾਂ ਨੂੰ ਬਿਜ਼ਨਸ ਦੀ ਨੌਲੇਜ ਨਹੀਂ ਹੁੰਦੀ। ਜਿਵੇਂ ਉਹ ਬਾਹਰੋਂ ਸੁਣਦੇ ਆ ਜੀ ਫਰੇਟ ਦੇ ਚਾਰਜਿਸ ਰੇਟ ਇੰਨੇ ਉੱਤੇ ਹੋ ਗਏ ਜੀ, ਉਹਨਾਂ ਨੂੰ ਫਿਰ ਉਹੀ ਸੁਣਦਾ ਹੈਗਾ। ਤੇ ਮੋਸਟਲੀ ਹੁੰਦਾ ਜੀ ਫਰੇਟ ਦੇ ਰੇਟ ਉੱਤੇ ਹੋ ਗਏ ਤਾਂ ਸਾਡੀ ਵੀ ਪੇ ਵਧਾਓ, ਠੀਕ ਹੈ ਜੀ। ਇਹਦੇ 'ਚ ਲਿਮਿਟੇਸ਼ਨ ਕੀ ਹੁੰਦੀਆਂ ਹੈਗੀਆਂ, ਲਾਇਬਿਲਿਟੀਜ਼ ਕੀ ਹੁੰਦੀਆਂ ਹੈਗੀਆਂ, ਤਾਂ ਡਰਾਈਵਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਜਿਵੇਂ ਕਿ ਕਿਸੇ ਵੀ ਕੰਪਨੀ ਦੇ ਔਰ ਨੂੰ ਪਤਾ ਹੋਣਾ ਚਾਹੀਦਾ ਕਿ ਡਰਾਈਵਰ ਦੀ ਪ੍ਰੋਬਲਮ ਕੀ ਹੁੰਦੀ ਹੈ। ਤਾਂ ਸਕੂਲ ਜਾਣਾ ਬਹੁਤ ਜ਼ਰੂਰੀ ਹੈ, ਪ੍ਰੋਪਰ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ। ਤੇ ਈਵਨ ਤੁਸੀਂ ਸਕੂਲ ਪਾਸ ਆਊਟ ਵੀ ਕਰਦੇ, 1 ਮਹੀਨੇ ਦੀ ਜਿਹੜੀ ਕਲਾਸਿਸ ਹੁੰਦੀਆਂ, ਪਾਸ ਆਊਟ ਕਰਕੇ ਵੀ ਤੁਹਾਨੂੰ ਕਿਸੇ ਨਾਲ ਐਜ਼ ਅ ਕੋ ਡਰਾਈਵਰ ਚੱਲਣਾ ਚਾਹੀਦਾ ਹੈ, ਤਾਂ ਕਿ ਤੁਸੀਂ ਰੋਡ ਦੇ ਉੱਤੇ ਤੁਸੀਂ ਐਕਸਪੀਰੀਅੰਸ ਲੈ ਲਓ। ਮੇਰੀ ਸੁਜੈਸ਼ਨ ਹੈ ਕਿ ਅਟਲੀਸਟ 1 ਮਹੀਨੇ ਕੋ ਡਰਾਈਵਰ ਤੁਸੀਂ ਜ਼ਰੂਰ ਚੱਲੋ ਜੀ। ਜੀ ਮਾਨ ਸਾਹਿਬ, ਜਿਹੜਾ ਤੁਸੀਂ ਦੱਸਿਆ ਕਿ ਕੋ ਡਰਾਈਵਰ ਚੱਲੋ, ਮੈਂ ਤੁਹਾਨੂੰ ਇੱਕ ਕੁਐਸਚਨ ਆ ਮੇਰੇ ਮਨ ਦੇ ਵਿੱਚ ਕਿ ਜਿਹੜਾ ਜਿਹੜਾ ਬੰਦਾ ਕੋਈ ਡਰਾਈਵਰ ਆ, ਸਪੈਸ਼ਲੀ ਪੰਜਾਬੀ, ਕਿਉਂਕਿ ਸਾਨੂੰ ਆਦਤ ਆ ਕਿ ਅਸੀਂ ਡਰਾਈਵਰੀ ਕਰਦੇ ਹਾਂ, ਅਸੀਂ ਕੱਲ ਨੂੰ ਆਪਣਾ ਟਰੱਕ ਲੈ ਲਈਏ, ਸਾਡੇ ਕੋਲ ਕ੍ਰੈਡਿਟ ਨਹੀਂ ਹੁੰਦਾ ਜਾਂ ਕ੍ਰੈਡਿਟ ਵਧੀਆ ਨਹੀਂ ਹੁੰਦਾ ਜਾਂ ਅਸੀਂ ਨਵੇਂ ਹੁੰਦੇ ਹਾਂ, ਤੇ ਕੁਛ ਸੱਜਣਾਂ ਦੇ ਕਹਿਣ 'ਤੇ ਅਸੀਂ ਜਾ ਕੇ ਬੜੇ ਹਾਈ ਰੇਟ ਦੇ ਵਿੱਚ, ਮੈਂ ਹਾਈ ਤੋਂ ਹਾਈ ਰੇਟ 33% ਰੇਟ ਸੁਣਿਆ ਕਿ ਟਰੱਕ 'ਤੇ ਵਿਆਜ ਲਾਇਆ ਹੋਇਆ। ਤੇ ਜ਼ਰੂਰ ਦੱਸੋ ਦਰਸ਼ਕਾਂ ਨੂੰ, ਹਾਂਜੀ ਜ਼ਰੂਰ ਦੱਸੋ ਦਰਸ਼ਕਾਂ ਨੂੰ ਜੀ, ਤੁਸੀਂ ਜਿਹੜਾ ਟਰੱਕ ਲੈਂਦੇ ਹੋ ਅਤੇ ਜਿਹੜਾ ਤੁਹਾਡਾ ਲੋਨ ਆ, ਵੱਧ ਤੋਂ ਵੱਧ ਕਿੰਨੇ ਕੁ ਦਾ ਹੋਵੇ ਤਾਂ ਤੁਹਾਨੂੰ 12 ਕਰ ਸਕਦਾ, ਕਿਉਂਕਿ ਸਾਡੇ ਕਈ ਵੀਰਾਂ ਨੂੰ ਪਤਾ ਨਹੀਂ ਹੁੰਦਾ। ਦੇਖੋ ਇਹ ਤਾਂ ਇੰਡਸਟਰੀ ਵਿੱਚ ਕਾਫੀ ਡਿਫਰੈਂਟ ਸਰਕਮਸਟੈਂਸਿਸ ਹੁੰਦੇ ਆ ਵੀ ਤੁਹਾਡਾ ਤੁਸੀਂ ਫਿਰ ਕਹਿ ਚੱਕਦੇ ਹੋਗੇ, ਹਨਾ। ਇਹ ਬਹੁਤ ਡੀਪ ਸਬਜੈਕਟ ਜੀ, ਆਪਾਂ ਉਸ ਤੇ ਚਲੇ ਜਾਈਏ। ਮੈਂ ਜੋ ਸੋਚਦਾ ਹੈਗਾ, ਨੋਰਮਲੀ ਜਿਹੜਾ ਇੰਟਰਸਟਡ ਹੈ ਤੁਸੀਂ 8% ਇੰਟਰਸਟਡ ਹੈ, ਜੋ ਕਿ ਨੋਮੀਨਲ ਹੈ, ਜੋ ਕਿ ਤੁਸੀਂ ਅਫੋਰਡ ਕਰ ਸਕਦੇ ਹੋ ਚੰਗੇ ਟਾਈਮ ਤੇ ਤੇ ਬੁਰੇ ਟਾਈਮ ਤੇ। ਹਰ ਡੋਂਟ ਥਿੰਕ ਸੋ ਕਿ ਇਸ ਹਫਤੇ ਕਿਸੇ ਨੂੰ ਵੀ ਇੰਟਰਸਟਡ ਪੇ ਕਰਨਾ ਚਾਹੀਦਾ ਹੈ। ਲੇਕਿਨ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਕਮਰਸ਼ਲ ਫਾਈਨੈਂਸਿੰਗ ਕਰਦੇ ਹੋ ਕਿਸੇ ਵੀ ਟਰੱਕ ਇਕਵਿਪਮੈਂਟ ਲੈਣ ਵਾਸਤੇ, ਟਰੱਕ ਹੋਵੇ, ਟ੍ਰੇਲਰ ਹੋਵੇ, ਕੋਈ ਵੀ ਲੈਣਾ, ਤਾਂ ਉਹਦੇ ਵਾਸਤੇ ਤੁਹਾਡਾ ਕਮਰਸ਼ਲ ਕ੍ਰੈਡਿਟ ਹੋਣਾ ਚਾਹੀਦਾ। ਮੋਸਟਲੀ ਉਹ ਦੇਖਦੇ ਆ ਕਿ ਕੰਪਨੀ ਦਾ ਕ੍ਰੈਡਿਟ ਦੇਖਦੇ ਹੁੰਦੇ ਆ, ਜਿਹੜੀ ਵੀ ਜੋ ਵੀ ਬੰਦਾ ਐਲ ਓ ਸੀ ਜਾਂ ਕੋਆਪ ਲਿੰਕ ਵਗੈਰਾ ਖੋਲਦੇ ਆ, ਉਹਦਾ ਉਹ ਕ੍ਰੈਡਿਟ ਰਨ ਕਰਦੇ ਆ। ਤਾਂ ਨਵੇਂ ਬੰਦੇ ਨੂੰ ਹਮੇਸ਼ਾ ਪ੍ਰੋਬਲਮ ਹੀ ਆਊਗੀ। ਤੇ ਕਿਉਂਕਿ ਮੈਂ ਵੀ ਇੱਕ ਟਾਈਮ ਤਾਂ 2010 'ਚ ਮੈਂ ਵੀ ਫਾਈਨੈਂਸਿੰਗ ਕਰਾਉਣੀ ਸੀ, ਤਾਂ ਮੈਨੂੰ ਉਹਨਾਂ ਨੇ 28% ਇੰਟਰਸਟ ਕਿਹਾ ਸੀ, ਬੇਸਨ 28% ਇੰਟਰਸਟ ਰੇਟ ਲਾਵਾਂਗੇ। ਈਵਨ ਦੋ ਮੇਰਾ ਪਰਸਨਲ ਕ੍ਰੈਡਿਟ ਬਹੁਤ ਅੱਛਾ ਸੀ, ਪਰ ਮੇਰੇ ਕੋਲ ਕਮਰਸ਼ਲ ਕ੍ਰੈਡਿਟ ਨਹੀਂ ਸੀਗਾ। ਸੋ ਜੀ ਹਾਂ, ਤਾਂ ਕੋਸ਼ਿਸ਼ ਕਰੋ, ਕਦੇ ਵੀ ਹੁਣ ਵੀ ਮੇਰੀ ਸੁਜੈਸ਼ਨ ਹੈਗੀ, ਕਿਸੇ ਵੀ ਨਵੇਂ ਡਰਾਈਵਰ, ਨਵੇਂ ਭਰਾ ਨੂੰ ਜੋ ਕੋਈ ਨਵਾਂ ਟਰਕਿੰਗ ਲਾਈਨ 'ਚ ਆਉਂਦਾ ਹੈ, ਤਾਂ ਨਵੇਂ ਟਰੱਕ 'ਤੇ ਨਾ ਜਾਓ, ਪੁਰਾਣੇ ਟਰੱਕ 'ਤੇ ਜਾਓ, ਠੀਕ ਹੈ ਜੀ। ਹੋ ਸਕੇ 6 ਤੋਂ 7 ਸਾਲ ਪੁਰਾਣੇ ਟਰੱਕ 'ਤੇ ਜਾਓ, ਅਫਕੋਰਸ ਉਹਦੀ ਮੇਨਟੇਨੈਂਸ ਹੋਊਗੀ, ਪਰ ਜੇ ਤੁਸੀਂ ਮੇਨਟੇਨ ਹੋਊਗੀ ਤਾਂ ਤੁਸੀਂ ਆਪ ਕੁਛ ਕਰਨਾ ਸਿੱਖੋਗੇ, ਆਪ ਥੋੜ੍ਹਾ ਬਹੁਤ ਮੇਨਟੇਨ ਕਰਨਾ ਸਿੱਖੋਗੇ ਉਹਨੂੰ, ਠੀਕ ਹੈ ਜੀ। 1.5 ਲੱਖ ਡਾਲਰ ਦੀ ਟਰੱਕ ਲੈਣ ਦੀ ਲੋੜ ਨਹੀਂ ਹੈ, ਫਿਰ ਇੰਡਸਟਰੀ ਬਾਰੇ ਨੌਲੇਜ ਨਹੀਂ ਹੈ, ਉਹਦੀ ਪੇਮੈਂਟ ਤਾਂ ਬਹੁਤ ਹਾਈ ਹੋਣਗੀਆਂ, ਤੁਹਾਨੂੰ ਵੀ ਪਤਾ ਲੱਗਣਾ ਵੀ ਅਸੀਂ ਅਫੋਰਡ ਕਿਵੇਂ ਕਰਨਾ, ਫਸਟ ਏਡ ਵੀ ਬਹੁਤ ਛੇਤੀ ਹੋਣੀ ਤੁਹਾਡੀ, ਠੀਕ ਹੈ ਜੀ। ਤੇ ਥੋੜੀ ਥੋੜੀ ਚੀਜ਼ਾਂ ਤੁਹਾਨੂੰ ਧਿਆਨ ਰੱਖਣਾ, ਬਿਜ਼ਨਸ ਲਰਨ ਕਰਨਾ ਬਹੁਤ ਜ਼ਰੂਰੀ ਹੈ, ਆਪਦੇ ਆਪ ਨੂੰ ਮੇਨਟੇਨ ਕਿਵੇਂ ਕਰਨਾ ਹੈਗਾ, ਲੀਗਲ ਕਿਵੇਂ ਰੱਖਣਾ ਹੈਗਾ, ਕੰਪਨੀ ਦੀ ਰਿਸਪੈਕਟ ਕਿਵੇਂ ਕਰਨੀ ਹੈ, ਇੰਡਸਟਰੀ ਦੀ ਰਿਸਪੈਕਟ ਕਿਵੇਂ ਕਰਨੀ ਹੈ, ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਔਨ ਹੈਂਡ ਹੀ ਟ੍ਰੇਨਿੰਗ ਹੋ ਕੇ ਤੁਹਾਨੂੰ ਨੌਲੇਜ ਹੋਊਗਾ। ਕਾਲਜ ਚਲੇ ਜਾਂਦੇ ਹੋ, ਤੁਹਾਨੂੰ ਥੋੜੀ ਬਹੁਤ ਚੀਜ਼ਾਂ ਦੱਸ ਦਿੰਦੇ ਆ ਉਹ, ਪਰ ਜਿਹੜਾ ਪ੍ਰੈਕਟੀਕਲ ਨੌਲੇਜ ਹੈ ਉਹ ਚਲਾ ਕੇ ਹੀ ਆਉਣੀ ਹੈ। ਬਹੁਤ ਵਧੀਆ ਗੱਲ ਹੈ ਤੁਹਾਡੀ। ਹਾਂਜੀ ਹਾਂ, ਬਾਕੀ ਤੁਸੀਂ ਦੱਸਿਆ ਸੀ ਪਿਛਲੀ ਵਾਰੀ ਕਿ ਤੁਸੀਂ ਕੰਪਨੀ ਤਿਆਰ ਕੀਤੀ ਸੀ IDTA, ਜਿਹੜਾ ਮੈਂ ਤੁਹਾਨੂੰ ਪੁੱਛੂਗਾ ਕਿ ਇੱਥੇ ਥੋੜੇ ਜਿਹਾ ਪੈਸੇ ਲਾ ਕੇ ਤੁਸੀਂ ਮੈਂਬਰ ਬਣ ਸਕਦੇ ਹੋ, ਇਹ ਕਿੰਨੀ ਕੁ ਹੈਲਪ ਕਰ ਸਕਦੀ ਹੈ ਤੁਹਾਡਾ ਟਰੱਕ ਲੈਣ ਵਿੱਚ, ਜਾਂ ਤੁਹਾਨੂੰ ਨੌਲੇਜ ਆਉਣ ਵਿੱਚ, ਜਾਂ ਕਿੰਨਾ ਤੁਹਾਨੂੰ ਡਰਾਈਵਿੰਗ ਕਿੰਨਾ ਚਿਰ ਕਰਨੀ ਚਾਹੀਦੀ ਹੈ ਓਨਰ ਬਣਨ ਤੋਂ ਪਹਿਲਾਂ, ਕੀ ਕਹੋਗੇ ਇਹਦੇ ਬਾਰੇ? ਇਹਦੇ ਵਿੱਚ IDTA ਤਾਂ ਇੰਡੀਆਨਾ ਡਾਵਰ ਐਸੋਸੀਏਸ਼ਨ ਤਾਂ ਓਪਨ ਹੈਗੇ ਸੀ ਰਾਈਟ, ਤੇ ਇਹਦੇ ਵਿੱਚ ਸਾਡੇ ਕੋਲ ਡੀਲਰਸ਼ਿਪ ਵੀ ਹੈਗੀ ਜਿਹਨਾਂ ਨਾਲ ਸਾਡਾ ਰੈਗੂਲਰ ਵਿਹਾਰ ਚੱਲਦਾ ਹੈਗਾ,
जी ठीक है जी, वो थोड़ा बहुत फेवर कर देंगे, इंटरेस्ट रेट थोड़ा बहुत बेटर है कि असी नेगोशिएट कर सकते हैं। राइट, लीगली तो असी कुछ एडवाइस नहीं कर सकते, बट ठीक है, पर्सनल बेस पे तो एडवाइस कर सकते हैं। भी तुसी आईडीटीए को आए हो, तुम कोई वैसे एडवाइस चाहिए, डिफरेंट फाइनेंशियल कंपनी होंगी है, एक बैंक होंगे है, एक फाइनेंशियल इंस्टीट्यूट होंगे है, राइट, उन्होंने की लाइबिलिटीज होंगे है। जो बैंक होंगे है, मान लो तुम एक ट्रक फाइनेंस करा लेंगे होंगे, वो जो ट्रक मान लो ना रब करे भी 2 साल बाद टोटल हो जाता है, जी तो जो पे ऑफ होंगे 2 साल तक होंगे, इंटरेस्ट तक होंगे है, भी जी तुम वो पे करके या इंश्योरेंस कवर करके तो खेड़ा छुट जाता है। अनफॉर्चुनेटली की होंगे है, जो कई डिफरेंट फाइनेंशियल इंस्टीट्यूट होंगे है, फाइनेंशियल कंपनीज होंगे है, वो थोनों जो इंटरेस्ट रेट है वो पूरे 5 साल का ला रही है, जी 2 साल तक नहीं, 2 साल तक तुम पे किया, उस 3 साल का भी थोड़ा बन गया, तुम उस खेड़ा नहीं समा सकते, उन्होंने लीगल डॉक्यूमेंट बहुत स्ट्रॉन्ग होंगे हैं, तो वह ये कर सकते हैं भी अं हेल्प कर सकते हैं नैगोशिएट करने वास्ते गुडविल से जी आपके बिहाफ से, भी वो कटवा सकते हैं, वो वेट तो नहीं करे करे कटवा सकते हैं। आई चीजा होंगे जो नवा ड्राइवर होंगे उन्होंने चीज नॉलेज होंगी, बहुत कंपनी जगह ईवन 2 8 8 10 10 साल चलने तो बाद उन्होंने इस चीज का पता नहीं होता, उदो ही बंदा सीखता है जो किसी का ट्रक एक्सीडेंट होंगे या कोई कंप्लेंट्स होंगी, जी कोई भी आप डॉक्यूमेंट खोल के देखोगे थोड़े फाइन लाइन थोड़ा पढ़े हो, रेयरली कोई बंदा अंदर फटता, कोई नहीं फटता, सारे साइन करते हैं, ट्रक आ गया इंडेक्स कर ऑन द रोड, आदि चलो जा होती है। तो जी, ये तो तुम आपने एडवाइस कर सकते हैं इसको भी कि बैंक तो लेना चाहिए है, क्योंकि बैंक भी टाइम टू टाइम चेंज होते रहते हैं, कई इंटरेस्ट रेट बहुत अच्छे होंगे है, स्मॉल बिजनेस लोन होंगे है बहुत अच्छे, कई प्रोग्राम्स आते हैं, मेरी सजेशन ये है हमेशा भी $49,000 तो घट तुम जो लोगे तो थोड़ा लोन ईजी हो जाता है, रैदर दैन कि 49,999 तो उत्ते जाओगे तो जी जो है वो जो लोन है वो चेंज हो जाते, फंड चेंज होते, मोर लाइक एसबी हो जाता है, एसबी एन फाइनेंस कराना मुश्किल होता जी है, क्या रैदर दैन कि चाहते हैं कन्वेंशन जी, लोन। थोनू मेरा क्वेश्चन है, जे कोई बंदा नवा लाइसेंस लेंदा तो उन्हें की जी एक साल या 1.5 साल किन्ना टाइम उन्हें घट तो घट ड्राइवरी करनी चाहिए है अपना ट्रक लेने तो? मैं कहना ये लीस्ट 1 साल, लीस्ट घट तो घट 1 साल का रुक, ठीक है, जे 2 साल रुक सकते तो बहुत अच्छा है। रीजन ये है कि बहुत सारी इंश्योरेंस कंपनीज है वो थोड़े ऐसी थोनू इंश्योर नहीं करनी है, वो कहती भी मिनिमम जी अच्छी इंश्योरेंस कंपनी है लाइक वो कह रही है मिनिमम 2 साल का लाइसेंस थोड़ा एक्सपीरियंस होना चाहिए, फिर थोड़े इंटरेस्ट रेट घट होंगे। आई वुड गिव यू एन एग्जाम्पल, मान लो जो कोई ड्राइवर है उन्हें लाइसेंस लिते 6 महीने हो गए, तो उन्होंने कहड़ी कंपनी चकूगी, प्रोग्रेसिव चकती है, ठीक है जी, तो प्रोग्रेसिव से आदमी ना मरती है, वो तो बंदा एक्साइटेड होंगे यार करा लो नवी कंपनी खोलो आपका ट्रक लवेंगे आप चलावे, पहली गल तो ट्रक महंगा लेंगे है, ठीक है, इंटरेस्ट रेट हाई होंगे क्योंकि कमर्शियल बंदा एक्साइट नहीं है लाइसेंस नवा है। ओके, दूजी गल जी मान लो तुम 18% से ट्रक लै लिया 50,000 का, 18% बहुत हो जाता है, फिर जी उस तो बाद तुम चले गए तुम आपकी कंपनी खोलते हो, इंश्योरेंस तुम उसे लोगे वो भी नहीं पता थोड़ा ये $25 पर मंथ लगे इंश्योरेंस लीस जड़िया होंगे है, जे थोड़ा जी दो साल पुराना लाइसेंस होना तो थोड़े वास्ते हरेक चीज ईजी हो जाती है, जी वो कमा कमा के तुम उन्होंने दिने हो, उन्होंने सो देने बी लिटल केयरफुल। हाँ जी जी। एक थोनू होर क्वेश्चन पूछना जी, काफी मैनू सुनने विच मिलदा जदों अपने पंजाबी ड्राइवर वीरां नू मिलदे आ कि मैं तां जी 12,000 महीने दा बचा लेना, ये किन्ना क ट्रू है जी ट्रक दे विचों? क्योंकि 10,000 दी इन्वेस्टमेंट करके 12,000 किदां बच सकदा? ऐसे बिजनेसमैन तो जरूर चलना पाओ देखो जी, ट्रकिंग जी इंडस्ट्री है, जी। मैं डिफरेंट कई बिजनेस किए हैं, मैं आपके एक्सपीरियंस से कहना जिन्ना पैसा ट्रकिंग के है गया वो उन्ना पैसा किसी भी बिजनेस नहीं है गया, अंटिल कोई बंदा डिफरेंट बिजनेस करता है, 2 नंबर तक करता, 2 गल डिफरेंट हो जाती है, 1 नंबर के इस तो बाद पैसा किसी इंडस्ट्री च नहीं है, घट तो घट इनवैसट करते आपकी जेब चो, ठीक है, हूँ जो कोई बंदा कहता मैं 10,000 का ट्रक लै लिया तो मैं 12,000 कमा रहा, वो मेरे हिसाब नाल तां उह गल दा कोई संत नहीं है। हाँ हो सकता है कदे कदार भी कोई स्प्रे होती है जिवें नवंबर दिसंबर इस महीने नजायज चले जाते हैं, नजायज वाली गल होंगी, कोई जे 1 महीना कदे लग गया तां डिफरेंट जी गल दसा, जिहड़ा 10,000 का ट्रक होगा जी उहदी मिनिमम रिपेयर भी महीने की 4,000 दे नेड़े उहदे महीने की रिपेयर हो जाती, जी ठीक है, वो लंबे से जाने वाला नहीं होंगे जी, ठीक है, जी उन्हें मोर लोकल 200 मीला का रजिस्ट्री करना होगा, जी ठीक है, क्योंकि उसे वैसे मिलियन तो उत्ते मीला हो गया, कोई केड़ा ट्रक इंजन रह जाता है जो मिलियन तो उत्ते केड़ा सही चलता है जी, रिपेयर जी बहुत होंगी है, तो वो जेड़े लोग है वो काउंट नहीं करते भी तो मैं इदा बारह ना हजार मान लो बचा वही लिया अपने पंजाबी जेड़े आ पूरा सच नहीं दसना, सच
ਸਿਰਫ ਆਪਣੀ ਗਰੋਥ ਦੱਸ ਦਿੱਤੀ ਆ, ਲੇਕਿਨ ਉਹ ਚੋਂ ਖਰਚੇ ਨਹੀਂ ਕੱਢੇ। ਮੈਂ ਇਹ ਕਹਿੰਦਾ ਨਹੀਂ ਕਿ ਪੰਜਾਬੀ ਇਕੱਲੇ ਨਹੀਂ, ਆਪਾਂ ਆਪਦੀ ਕਮਿਊਨਿਟੀ ਨੂੰ ਨਹੀਂ ਆਪਾਂ ਕਹਿ ਸਕਦੇ ਨਹੀਂ, ਸਾਰੇ ਕਿ ਕਹਿੰਦੇ ਨੇ ਇਦਾਂ ਦਾ, ਪੰਜਾਬ ਸਾਰੇ ਕਮਿਊਨਿਟੀ ਦੇ ਹੀ ਆਏ ਆ। ਹਾਂਜੀ ਨਹੀਂ, ਅਦਰ ਕਮਿਊਨਿਟੀ ਵੀ ਹੈ, ਕਿਉਂਕਿ ਹੁਣ ਆਈਡੈਂਟੀ ਦੇ ਮੈਂਬਰ ਦੂਸਰੀ ਕਮਿਊਨਿਟੀ ਦੇ ਵੀ ਮੈਂਬਰ ਹੈਗੇ ਆ, ਅਰਬਿਕ ਵੀ ਹੈਗੇ ਆ, ਕਿ ਡਿਫਰੈਂਟ ਡਿਫਰੈਂਟ ਉਹਨਾਂ ਤੋਂ ਹੈਗੇ ਆ ਨਾ ਜੀ, ਤੇ ਉਹ ਆਹੀ ਚੀਜ਼ਾਂ ਸਾਰਿਆਂ ਚ ਇਹੀ ਪ੍ਰੋਬਲਮ ਸਾਰੀਆਂ, ਸਾਰੇ ਇਹੀ ਚੀਜ਼ਾਂ ਅਕਾਊਂਟ ਕਰਦੇ ਹੈਗੇ, ਡਰਾਈਵਰ ਆ ਕੇ ਇਹ ਗੱਲਾਂ ਕਹਿੰਦਾ ਰਾਈਟ, ਅਕਾਊਂਟ ਕੋਈ ਵੀ ਨਹੀਂ ਕਰਦਾ ਹੈਗਾ। ਮੈਨੂੰ ਇਹ ਦੱਸੋ ਕਿੰਨੇ ਪਰਸੈਂਟ ਹੈਗੇ ਆ ਕੰਪਨੀ ਜਿਹੜੀਆਂ ਕਿ ਜਿਹਨਾਂ ਕੋਲ 10 ਤੋਂ ਘੱਟ ਟਰੱਕ ਹੈਗੇ ਆ, ਜਿਹੜੀ ਕਿ ਆਪਦੀ ਡੈਪਰੀਸੀਏਸ਼ਨ ਕਾਊਂਟ ਕਰਕੇ ਲੋਡ ਦੇ ਉੱਤੇ ਬਿਲਡ ਕਰਦੇ। ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਜਿਹਨਾਂ ਡਿਸਪੈਚਰ ਜਿਹੜੇ ਆ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡੀ ਐਵਰੀ ਡੇ ਦੀ ਕਾਸਟ ਕੀ ਹੈ ਜੀ, ਰੋਜ਼ ਦੀ ਫਿਊਲ ਦੀ ਕਾਸਟ ਕੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਹੜੀ ਏਰੀਆ 'ਚ ਫਰੇਟ ਉੱਤੇ ਜਾ ਰਿਹਾ, ਕਿਹੜਾ ਥੱਲੇ ਜਾ ਰਿਹਾ, ਡੈਮੋਗ੍ਰਾਫਿਕਸ ਕੀ ਹੈ, ਕਿਉਂਕਿ ਫਰੇਟ ਹਰੇਕ 3 ਮਹੀਨਿਆਂ ਬਾਅਦ ਮੂਵ ਹੁੰਦਾ ਹੈਗਾ, ਕਿਹੜੇ ਕਿਹੜੇ ਏਰੀਆ 'ਚ ਕਿਤੇ ਕੋਈ ਨਹੀਂ ਹੁੰਦਾ ਜੀ, ਕੋਈ ਨਹੀਂ ਚੈੱਕ ਕਰਦਾ, ਟਾਈਮ ਨਹੀਂ ਹੁੰਦਾ, ਕਿਉਂਕਿ ਇਹ ਤਾਂ ਵਨ ਮੈਨ ਸ਼ੋ ਜੀ ਜੀ ਓਨਰ ਹੁੰਦਾ ਹੈਗਾ, ਉਹ ਵੀ ਮਕੈਨਿਕ ਵੀ ਹੈ, ਡਿਸਪੈਚਰ ਵੀ ਹੈਗਾ, ਅਕਾਊਂਟੈਂਟ ਵੀ ਉਹੀ ਹੈਗਾ, ਸਾਰਾ ਕੁਝ ਉਹੀ ਕਰਦਾ, ਉਹ ਕੋਲ ਟਾਈਮ ਕਿੱਥੋਂ ਦਾ ਵਿਚਾਰਾ ਕੋਈ ਇੰਨਾ ਇੰਨਾ ਕੁਛ ਕਰਨ। ਜੀ ਮਾਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਟਾਈਮ ਕੱਢਿਆ, ਇਹ ਬ੍ਰੇਕ ਦਾ ਵੇਲਾ ਹੋ ਗਿਆ, ਸੂਈ ਬੜੀ ਜਲਦੀ ਨਿਕਲ ਜਾਂਦੀ, ਪਤਾ ਨਹੀਂ ਲੱਗਦਾ ਕਦੋਂ ਟਾਈਮ ਹੋ ਜਾਂਦਾ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਦੱਸਿਆ, ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਤੁਹਾਨੂੰ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਕਿ ਆਪਣੇ ਟਰੱਕ ਵੀਰਾਂ ਨੂੰ ਜਿਹੜਾ DOT ਜਾਂ ਹੋਰ ਕੁਐਸਚਨ ਨੇ ਉਹ ਜ਼ਰੂਰ ਪੁੱਛ ਸਕਣ। ਮਾਨ ਸਾਹਿਬ ਦਿਓ ਇੱਕ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਗੱਲ ਕਰਦੇ ਹਾਂ, ਬ੍ਰੇਕ ਦਾ ਵੇਲਾ ਹੋ ਗਿਆ, ਧੰਨਵਾਦ ਜੀ ਤੁਹਾਡਾ। ਬ੍ਰੇਕ ਤੋਂ ਬਾਅਦ ਆਲਮੋਸਟ ਜਿਹੜਾ ਆਪਣਾ ਫਾਈਨਲ ਟੱਚ ਅੱਜ ਦਾ ਇੱਥੇ ਆਪਾਂ ਪ੍ਰੋਗਰਾਮ ਜਿਹੜਾ ਆ ਇਹ ਆਪਣਾ ਆਖਰੀ ਸੈਗਮੈਂਟ ਹੋਊਗਾ। ਆਪਾਂ ਜਿਹੜੀ ਇਨਫੋਰਮੇਸ਼ਨ ਸੀ, ਕੋਸ਼ਿਸ਼ ਕੀਤੀ ਹੈ ਕਿ ਉਹ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਆਪਾਂ ਕਮਿਊਨਿਟੀ ਤੱਕ ਪਹੁੰਚਾ ਸਕੀਏ, ਜਿਹੜੇ ਟਰੱਕ ਡਰਾਈਵਰਾਂ ਦੀ ਗੱਲ ਕੀਤੀ, ਫਿਰ ਹਰ ਖੇਤਰ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਕਿ ਕਮਿਊਨਿਟੀ ਕਨੈਕਟ ਦਾ ਮਤਲਬ ਹੈ ਕਿ ਆਪਾਂ ਕਮਿਊਨਿਟੀ ਨੂੰ ਜ਼ਰੂਰ ਅਵੇਅਰ ਕਰਨਾ ਹੈ ਜਿਹੜੀ ਵੀ ਗੱਲ ਤੋਂ। ਇਸੇ ਨਾਲ ਆਪਾਂ ਕਾਰੋਬਾਰਾਂ ਦੀ ਗੱਲ ਕਰਦੇ, ਸਾਡੇ ਨਾਲ ਇੱਕ ਨਵੇਂ ਕਾਲਰ ਜੁੜੇ ਨੇ, ਉਹ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਸੀਂ ਆਨ ਏਅਰ ਹੋ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਜੀ। ਜੀ ਮੇਰੀ ਆਵਾਜ਼ ਆ ਰਹੀ ਜੀ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਆ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਜੀ। ਥੈਂਕ ਯੂ ਜੀ। ਆਪਣਾ ਨਾਮ ਜਰੂਰ ਦੱਸਿਓ ਜੀ, ਤਾਂ ਦੱਸੋ ਇਹ ਕਿੱਥੋਂ ਬੋਲਦੇ ਪਏ ਆ? ਹਾਂਜੀ ਸਰ, ਮੈਂ ਨਾ ਨਵਤੇਜ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ ਜੀ। ਕੈਲੀਫੋਰਨੀਆ ਕਿਹੜੀ ਜਗ੍ਹਾ ਜੀ? ਕੈਲੀਫੋਰਨੀਆ ਹੇਵਰਡ ਤੋਂ ਬੋਲ ਰਿਹਾ ਜੀ ਮੈਂ। ਹੇਵਰਡ ਤੋਂ ਜੀ, ਠੀਕ ਹੈ। ਬੜਾ ਬੜਾ ਵਧੀਆ ਮੌਸਮ ਹੈ ਹੇਵਰਡ ਦਾ, ਤੇ ਹਾਂਜੀ ਹਾਂਜੀ ਸ਼ਾਮ ਵੇਲੇ ਠੰਡ ਦੇ, ਦੁਪਹਿਰ ਨੂੰ ਗਰਮੀ। ਮੈਂ ਹੇਵਰਡ, ਮੇਰੇ ਰਿਲੇਟਿਵ ਰਹਿੰਦੇ ਇੱਥੇ ਕਾਫੀ। ਮੈਂ ਵੀ ਕਾਫੀ ਦੇਰ ਕੈਲੀਫੋਰਨੀਆ ਰਿਹਾ, ਲੇਕਿਨ ਹੁਣ ਇੰਡੀਆ ਨੂੰ। ਬਿਲਕੁਲ ਬਿਲਕੁਲ, ਬਹੁਤ ਨਾਈਸ ਵਾਦਾ ਜੀ। ਕੀ ਕੰਮ ਕਰਦੇ ਹੋ ਜੀ? ਮੈਂ ਸਰ ਐਕਚੁਅਲੀ ਜੌਬ ਕਰਦਾ ਵਾਂ ਜੀ, ਤੇ ਮੈਂ ਸਰ ਆਪਣਾ ਨਾ ਬਿਜ਼ਨਸ ਖੋਲਣ ਦੀ ਸੋਚ ਰਿਹਾ ਸੀ ਟਰੱਕਿੰਗ ਦਾ ਜੀ। ਪੰਜਾਬੀ ਬੰਦਿਆਂ ਨੇ ਤਿਆਰ ਕੀਤੀ ਹੋਈ ਆ, ਤੁਸੀਂ ਆਨਲਾਈਨ ਦੇਖ ਸਕਦੇ ਆ, IDTA ਦਾ ਨਾਮ ਆ। IDTA, ਠੀਕ ਆ ਸਰ ਜੀ, ਠੀਕ ਹੈ ਜੀ। ਇੰਡੀਅਨ ਡਰਾਈਵਰਸ ਟਰੱਕਸ ਐਸੋਸੀਏਸ਼ਨ, ਇਹਨਾਂ ਨੂੰ ਤੁਸੀਂ, ਮੈਂ ਤੁਹਾਨੂੰ ਲੇਟਰ ਆਨ, ਤੁਸੀਂ ਮੈਨੂੰ ਪਰਸਨਲ ਨੰਬਰ ਤੇ ਕਾਲ ਕਰ ਸਕਦੇ, ਤੁਹਾਨੂੰ ਮੈਂ ਬੰਦੇ ਨਾਲ ਮਿਲਾ ਸਕਦਾ। ਕਾਫੀ ਟਾਈਮ ਤੋਂ ਮੇਰੇ ਵੀ ਇਸ ਕੰਮ ਦੇ ਵਿੱਚ ਨੇ, ਤੇ ਕਾਫੀ ਬੰਦਿਆਂ ਦੀ ਹੈਲਪ ਕੀਤੀ ਉਹਨੀ, ਤੇ ਬਹੁਤ ਵਧੀਆ ਸਲਾਹ ਦਿੰਦੇ ਨੇ, ਤਾਂ ਕਿ ਜਿਹੜੀ ਆਪਾਂ ਗੱਲ ਕਰਦੇ ਵੈਸੇ ਵੀ 33% ਤੇ ਵਿਆਜ ਤੇ ਟਰੱਕ ਨਾ ਲਓ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਹੈਗਾ। ਹਾਂਜੀ, ਉਹਦੇ ਨਾਲ ਕੀ ਹੋਇਆ ਕਿ ਆਪਾਂ ਕੰਮ ਕਰਕੇ ਕੁਛ ਬੈਂਕ ਨੂੰ ਦੇ ਰਹੇ, ਕੁਛ ਇੰਸ਼ੋਰੈਂਸ ਨੂੰ ਦੇ ਰਹੇ, ਉਹ ਕੰਮ ਵੀ ਜ਼ਿਆਦਾ ਕਰਨਾ ਪੈ ਰਿਹਾ, ਇੰਨਾ ਕੰਮ ਕਰਕੇ ਫਿਰ ਸਿਹਤ ਵੀ ਖਰਾਬ ਹੋਊਗੀ, ਤੇ ਆਪ ਵੀ ਫੈਮਿਲੀ ਨੂੰ ਵੀ ਟਾਈਮ ਨਹੀਂ ਦੇ ਹੋਊਗਾ। ਬਿਲਕੁਲ ਸਹੀ ਗੱਲ ਹੈ ਸਰ ਜੀ। ਇੱਕ ਚੀਜ਼ ਹੋਰ ਸੀਗੀ ਸਰ, ਤੁਸੀਂ ਜਦੋਂ ਮੈਂ ਟੀਵੀ ਆਨ ਕੀਤਾ, ਤੁਸੀਂ ਇੱਕ ਗੱਲ ਕਹਿ ਰਹੇ ਸੀ ਬੜੀ ਵਧੀਆ, ਵੀ ਤੁਹਾਨੂੰ ਤੁਹਾਡੀ ਐਜੂਕੇਸ਼ਨ ਜਿਹੜੀ ਤੁਹਾਡੀ ਥਰਡ ਆਈ ਆ ਉਹ ਤੁਹਾਡੀ ਓਪਨ ਹੋਣੀ ਚਾਹੀਦੀ ਆ। ਉਹ ਭਾਜੀ ਜਿਹੜੀ ਉਹ ਤੁਸੀਂ ਗੱਲ ਕਹੀ ਆ ਬਹੁਤ ਹੀ ਜਾਣੀ ਕਿ ਵਧੀਆ, ਔਰ ਮਤਲਬ ਅੱਜ ਦੇ ਟਾਈਮ ਲਈ ਉਹ ਬਹੁਤ ਜ਼ਰੂਰੀ ਹੈ। ਬਹੁਤ ਵਧੀਆ ਉਹ ਲੱਗਿਆ ਜੀ ਸਰ, ਤੁਸੀਂ ਉਹ ਦੱਸਿਆ ਹੈਗਾ। ਜੀ ਜੀ, ਉਹ ਕਾਫੀ ਮੈਂ ਸਮੇਂ ਤੋਂ ਇਸ ਚੀਜ਼ ਦੇ ਬਾਰੇ ਸਟੱਡੀ ਕੀਤੀ ਕਿ ਨਾ ਐਜੂਕੇਸ਼ਨ ਹੋਣ ਦੇ ਕਾਰਨ ਹੀ ਅਸੀਂ ਇੰਡੀਆ ਦੇ ਵਿੱਚ, ਸਾਡੇ ਨਾਲ ਜੋ ਹੋ ਰਿਹਾ ਉਹਦੇ ਕਰਕੇ ਹੋ ਰਿਹਾ। ਜੇ ਐਜੂਕੇਸ਼ਨ ਹੋਵੇ ਤਾਂ ਅਸੀਂ ਸਹੀ ਪ੍ਰਾਈਮ ਮਿਨਿਸਟਰ ਹੋਵੇ, ਸਾਨੂੰ ਸਿਧਾਂਤ ਦਾ ਪਤਾ ਹੋਵੇ ਕਿ ਸਾਡੇ ਰਾਈਟ ਕੀ ਨੇ, ਸਾਡੇ ਸਿਧਾਂਤ ਕੀ ਨੇ, ਐਜੂਕੇਸ਼ਨ ਘੱਟ ਹੋਣ ਕਰਕੇ ਹੀ ਸਾਡੇ ਨਾਲ ਇਹ ਕੁਛ ਹੋ ਰਿਹਾ। ਤੇ ਦੂਸਰਾ ਮੈਨੂੰ ਇਹ ਜ਼ਰੂਰ ਦੱਸੋ ਜੀ, ਤੁਸੀਂ ਇੱਥੇ ਪਹਿਲਾਂ ਕਿਹੜਾ ਕੰਮ ਕਰਦੇ ਸੀ ਜਿਹੜਾ ਹੁਣ ਟਰੱਕਾਂ ਦਾ ਕਰਨਾ ਚਾਹੁੰਦੇ ਹੋ?
ਮੈਂ ਸਰ ਜੋਬ ਕਰ ਰਿਹਾ ਜੀ ਹੁਣ ਵੀ ਇਸ ਟਾਈਮ। ਐਕਚੁਅਲੀ ਮੈਂ ਨਾ ਹੁਣ ਸਰ ਜਿੱਦਾਂ ਤੁਹਾਨੂੰ ਪਤਾ ਜੋਬ ਦੇ ਨਾਲ ਥੋੜ੍ਹਾ ਜਿਹਾ ਜਿੱਦਾਂ ਆਪਣਾ ਕੰਮ ਸ਼ੁਰੂ ਹੋ ਜਾਊਗਾ ਤੇ ਥੋੜ੍ਹੇ ਜਿਹੇ ਜਿੱਦਾਂ ਆਪਣਾ ਜਿੱਦਾਂ ਫਾਈਨੈਂਸ਼ੀਅਲ ਤੁਸੀਂ ਜ਼ਿਆਦਾ ਸਟਰੋਂਗ ਹੋ ਜਾਓਗੇ ਹੈ ਨਾ ਜੀ, ਇਸ ਠੀਕ ਹੈ ਕਰਕੇ ਜੀ। ਥੋੜ੍ਹਾ ਜਿਹਾ ਮੈਂ ਕੰਮ ਕਰਕੇ। ਹਾਂਜੀ ਹਾਂਜੀ ਨਹੀਂ ਜ਼ਰੂਰ ਆਪਾਂ ਗੱਲ ਕਰਦੇ ਪਏ ਸੀ, ਜੇ ਸੁਣਿਆ ਹੋਵੇ ਕਹਿੰਦੇ ਮਿਨੀਮਮ 1 ਸਾਲ ਜਾਂ 1.5-2 ਸਾਲ ਤੁਸੀਂ ਚਲਾਓ ਟਰੱਕ ਜੇ ਨਵਾਂ ਲਾਇਸੈਂਸ ਆ, ਤੇ ਉਹਨਾਂ ਦੀ ਇਹ ਰੈਕਮੈਂਡੇਸ਼ਨ ਸੀ। ਤੇ ਮੈਂ ਵੀ ਜ਼ਰੂਰ ਜਿਹੜੇ ਜੀ ਸਰ ਪੰਜਾਬੀ ਭੈਣਾਂ ਵੀ ਸੁਣ ਰਹੇ ਨੇ, ਜ਼ਰੂਰ ਇਹ ਕਹੂੰਗਾ ਕਿ ਜ਼ਰੂਰ ਆਪਣਾ ਜਿਹੜਾ ਟ੍ਰੇਨਿੰਗ ਦਾ ਜਿੰਨਾ ਟਾਈਮ ਹੈ ਉਹਨੂੰ ਪੂਰਾ ਕਰੋ, ਕਿਉਂਕਿ ਟ੍ਰੇਨਿੰਗ ਦੀ ਖਾਤਰ ਲਾਸਟ ਈਅਰ ਦੇ ਵਿੱਚ ਜੀ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਧ ਆਪਣੇ ਪੰਜਾਬੀ ਵੀਰਾਂ ਦੀ ਡੈਥਾਂ ਹੋਈਆਂ ਨੇ ਐਕਸੀਡੈਂਟਾਂ ਦੇ ਨਾਲ। ਮਾੜੀ ਗੱਲ ਹੈ ਹਾਂਜੀ, ਕਿਉਂਕਿ ਨਵੇਂ ਮੁੰਡੇ ਆਉਂਦੇ ਨੇ ਆ ਕੇ ਸਾਲ ਬਾਅਦ ਲਾਇਸੈਂਸ ਲੈ ਕੇ 2 ਮਹੀਨੇ ਟਰੱਕ 'ਤੇ, ਕੋਈ ਟ੍ਰੇਨਿੰਗ ਨਹੀਂ ਹੁੰਦੀ, ਕੋਈ ਪ੍ਰੋਪਰ ਪਤਾ ਨਹੀਂ ਹੁੰਦਾ। ਅਤੇ ਵੀਰ ਜੀ ਨੇ ਉਹਨਾਂ ਨੇ ਵੀ ਇੱਕ ਬੜੀ ਵਧੀਆ ਗੱਲ ਕਹੀ, ਜਿਹੜੇ ਗੁਰਪਾਲ ਸਿੰਘ ਜੀ ਇੱਥੇ ਨੇ, ਉਹ ਕਹਿੰਦੇ ਕਿ ਤੁਸੀਂ ਇੱਕ ਬੰਬ ਦੇ ਉੱਤੇ ਬੈਠੇ ਹੁੰਦੇ ਹੋ, ਬੰਬ ਦੇ ਬਿਲਕੁਲ ਸਹੀ ਉੱਤੇ ਗੱਲ ਦਾ ਮਤਲਬ ਕਿ ਮੌਤ ਤੁਹਾਡੇ ਬਹੁਤ ਕਰੀਬ ਆ। ਬਿਲਕੁਲ ਸਹੀ ਗੱਲ ਆ, ਬਿਲਕੁ�ਲ ਸਹੀ ਗੱਲ ਆ। ਤੁਸੀਂ ਆਪ ਵੀ ਮਰੋਗੇ, ਕਿਸੇ ਦੂਸਰੇ ਨੂੰ ਵੀ ਮਾਰੋਗੇ। ਤੁਸੀਂ ਦੇਖੋ ਅਗਰ ਤੁਸੀਂ ਹੈਜ਼ਮੈਟ ਸਟਫ ਕੈਰੀ ਕਰਦੇ ਹੋ ਹਨਾ ਜੀ, ਤਾਂ ਉਹ ਤਾਂ ਹੋਰ ਵੀ ਡੇਂਜਰਸ ਹੋ ਜਾਂਦਾ ਹੈ। ਤੁਸੀਂ ਦੇਖੋ ਅਗਰ ਤੁਸੀਂ ਹੈਜ਼ਮੈਟ ਸਟਫ ਕੈਰੀ ਕਰਕੇ ਲੈ ਕੇ ਜਾ ਰਹੇ ਹੋ ਆਪਣੇ ਟਰੱਕ ਦੇ ਵਿੱਚ, ਡਰਾਈਵਰ ਵੀਰ ਨੇ ਉਹ ਅਣਗਹਿਲੀ ਜਾਂ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਸੌ ਜਾਂਦੇ ਜਾਂ ਅੱਖ ਲੱਗ ਜਾਂਦੇ, ਉਹਦੇ ਵਿੱਚ ਬੜੇ ਬੜੇ ਨੁਕਸਾਨ ਵੀ ਹੋਏ ਨੇ ਲੋਕਾਂ ਦੇ। ਬਿਲਕੁਲ ਸਰ ਸਹੀ। ਜੀ ਦੋਸਤੋ, ਇਹ ਸਨ ਕੈਲੀਫੋਰਨੀਆ ਤੋਂ ਵੀਰ ਜਿਹੜੇ ਅੱਜ ਦਾ ਸ਼ੋਅ ਦੇਖ ਕੇ ਜੁੜੇ, ਜਿਨ੍ਹਾਂ ਦਾ ਬੜਾ ਵਧੀਆ ਕੁਐਸਚਨ ਸੀ, ਤੇ ਜਿਨ੍ਹਾਂ ਨੇ ਆਪਾਂ ਨੂੰ ਜ਼ਰੂਰ ਪੁੱਛਿਆ। ਆਪਾਂ ਨੂੰ ਵੀ ਚੰਗਾ ਲੱਗਦਾ ਹੈ ਜਦੋਂ ਤੁਸੀਂ ਕੋਈ ਵੀ ਬੰਦਾ ਕਾਲ ਕਰਦਾ ਹੈ, ਕਾਲ ਕਰਕੇ ਕੋਈ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਪੁੱਛਦਾ ਹੈ, ਉਹ ਵਧੀਆ ਇਸ ਕਰਕੇ ਹੈ ਕਿ ਇੱਕ ਜਿਹੜਾ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਜਾਂ ਅਭਿਆਸ ਕਰਨਾ, ਕੰਮ ਕੋਈ ਵੀ ਹੋਵੇ, ਚਾਹੇ ਟਰੱਕਾਂ ਦਾ ਹੋਵੇ ਜਾਂ ਗੈਸ ਸਟੇਸ਼ਨ ਦਾ ਹੋਵੇ ਜਾਂ ਹੋਟਲਾਂ ਦਾ ਹੋਵੇ ਜਾਂ ਕੰਸਟਰਕਸ਼ਨ ਦਾ ਹੋਵੇ, ਜਿਹੜਾ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਜ਼ਰੂਰ ਇੰਨੀ ਜਾਣਕਾਰੀ ਰੱਖੋ ਕਿ ਉਸ ਕੰਮ ਦੇ ਵਿੱਚ ਤੁਹਾਨੂੰ ਕੋਈ ਬੰਦਾ, ਤੁਹਾਡਾ ਮੈਨੇਜਰ ਜਾਂ ਤੁਹਾਡਾ ਪਾਰਟਨਰ, ਕੋਈ ਵੀ ਉਹ 'ਚ ਧੋਖਾਧੜੀ ਨਾ ਹੋ ਸਕੇ, ਕਿਸੇ ਤਰ੍ਹਾਂ ਦੀ ਵੀ ਹੇਰਾਫੇਰੀ ਨਾ ਹੋ ਸਕੇ। ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ, ਜੇ ਰੈਸਟੋਰੈਂਟ ਦਾ ਕੰਮ ਕਰਦੇ ਹਾਂ, ਰੋਟੀ ਬਣਾਉਣ ਤੋਂ ਲੈ ਕੇ ਦਾਲਾਂ ਪਾਣੀ ਹਰ ਇੱਕ ਦਾ ਕੋਸਟ ਅਤੇ ਉਹ ਕਿੱਦਾਂ ਬਣਦੀ ਪਤਾ ਹੋਣੀ ਚਾਹੀਦੀ। ਜੇ ਟਰੱਕ ਲੈਣਾ ਚਾਹੁੰਦੇ ਹੋ, ਟਰੱਕ ਦੇ ਵਿੱਚ ਕਿਹੜੇ ਕਿਹੜੇ ਫਰੇਟ ਨੇ, ਕਿੱਧਰੋਂ ਕਿੱਧਰ ਨੂੰ ਜਾਣਾ ਆ, ਉਹ ਜਿੰਨੀ ਟਰੱਕਿੰਗ ਬਾਰੇ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਉਹ ਤੁਹਾਡੇ ਕੋਲ ਹੋਵੇ, ਤਾਂ ਕਿ ਕਿਸੇ ਪਾਸੇ ਵੀ ਕੋਈ ਬ੍ਰੋਕਰ ਜਾਂ ਕੋਈ ਜਿਹੜਾ ਡਿਸਪੈਚਰ ਜਾਂ ਜਿਹੜਾ ਜਿੱਥੋਂ ਲੋਡ ਕਰਦੇ ਹਾਂ ਜਾਂ ਅਨਲੋਡ ਕਰਦੇ ਹਾਂ, ਉਹ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਟਾਈਮ ਵੇਸਟ ਨਾ ਹੋਵੇ, ਧੋਖਾਧੜੀ ਨਾ ਹੋਵੇ, ਔਰ ਤੁਹਾਡੇ ਕੋਲ ਸੇਫਟੀ ਜਿਹੜੀ ਆ ਉਹ ਜ਼ਰੂਰੀ ਚਾਹੀਦੀ ਹੈ। ਇਸੇ ਕਰਕੇ ਬਿਗਨਿੰਗ ਦੇ ਵਿੱਚ ਆਪਾਂ ਉਹ ਪ੍ਰੋਗਰਾਮ ਦਿਖਾਇਆ ਸੀ ਜਿੱਥੇ ਇੱਕ ਬੇਬੀ ਦਾ ਬਰਥਡੇ ਮਨਾਇਆ ਗਿਆ, ਜਿਹੜੇ ਬਹੁਤ ਮੇਰੇ ਨਜ਼ਦੀਕੀ ਜਿਹੜੇ ਬਹੁਤ ਨੇੜੇ ਵਾਲੇ ਜਿਹੜੇ ਆਪਾਂ ਕਹਿ ਦਿੰਦੇ ਹਾਂ ਦਿਲ ਦੇ ਕੋਲ ਰਹਿੰਦੇ ਸੱਜਣ ਨੇ, ਉਹਨਾਂ ਨੇ ਆਪਣੇ ਗ੍ਰੈਂਡਸਨ ਦਾ ਬਰਥਡੇ ਮਨਾਇਆ। ਇਸ ਕਰਕੇ ਆਪਾਂ ਉਹਨਾਂ ਨੂੰ ਜ਼ਰੂਰ ਪੁੱਛਿਆ ਕਿ ਕਮਿਊਨਿਟੀ ਦਾ ਤੁਸੀਂ ਜ਼ਰੂਰ ਫੰਕਸ਼ਨ ਕਰ ਸਕਦੇ ਹੋ ਆਪਣਾ, ਲੇਕਿਨ ਜੋ CDC ਦੀ ਗਾਈਡਲਾਈਨਸ ਹੈ ਉਹਨੂੰ ਫਾਲੋ ਕਰੋ, ਜੋ ਹੈਲਥ ਦੀਆਂ ਟਿੱਪਾਂ ਤੁਹਾਡੀ ਕਾਉਂਟੀ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਹਰ ਕਾਉਂਟੀ ਦੇ ਵਿੱਚ ਹੈਲਥ ਡਿਪਾਰਟਮੈਂਟ ਨੂੰ ਉਹਨੀ ਦਿੱਤੀ ਹੋਈ ਇਨਫੋਰਮੇਸ਼ਨ, ਉਹਨਾਂ ਤੋਂ ਤੁਸੀਂ ਟਿੱਪ ਲੈ ਸਕਦੇ ਹੋ। ਆਪਣੀ ਜਿਹੜੀ ਸਿਹਤ ਆ ਉਹ ਪਹਿਲੇ ਨੰਬਰ 'ਤੇ ਆਉਂਦੀ ਆ, ਉਸ ਤੋਂ ਬਾਅਦ ਹੀ ਸਾਰਾ ਕੁਛ, ਜੇ ਜਾਣ ਆ ਤਾਂ ਜਹਾਨ ਆ, ਜੇ ਸਿਹਤ ਠੀਕ ਰਹੂਗੀ ਤਾਂ ਆਪਾਂ ਆਲੇ ਦੁਆਲੇ ਨੂੰ ਵੀ ਠੀਕ ਰੱਖ ਸਕਦੇ ਹਾਂ, ਦੂਜਿਆਂ ਨੂੰ ਕਹਿ ਸਕਦੇ ਹਾਂ। ਜੇ ਖੁਦ ਦੀ ਸਿਹਤ ਨਹੀਂ ਠੀਕ ਹੋਊਗੀ ਤਾਂ ਆਪਾਂ ਆਲੇ ਦੁਆਲੇ ਨੂੰ ਵੀ ਸੇਫ ਨਹੀਂ ਰੱਖ ਸਕਦੇ। ਇਸੇ ਕਰਕੇ ਤੁਸੀਂ ਜ਼ਰੂਰ ਇਸ ਕਮਿਊਨਿਟੀ ਕਨੈਕਟ ਸ਼ੋਅ ਦੇ ਵਿੱਚ ਜ਼ਰੂਰ ਜੁੜਿਆ ਕਰੋ, ਜਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ, ਜੇ ਸਾਡੇ ਕੋਲ ਨਹੀਂ ਵੀ ਹੈ, ਅਸੀਂ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਬੋਲ ਰਹੇ, ਸਾਨੂੰ ਜ਼ਰੂਰ ਕਹੋ ਜੀ ਤੁਸੀਂ ਇਸ ਟੌਪਿਕ 'ਤੇ ਗੱਲ ਕਰੋ, ਤਾਂ ਕਿ ਕਮਿਊਨਿਟੀ ਦੀ ਕੋਈ ਵੀ ਇਨਫੋਰਮੇਸ਼ਨ ਹੋਵੇ ਜਾਂ ਉਹਦੇ ਬਾਰੇ ਕਿਸੇ ਨੂੰ ਅਵੇਅਰ ਕਰਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਪੰਜਾਬੀ ਦੇ ਵਿੱਚ, ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ, ਮੈਨੂੰ ਵੀ ਕੰਟੈਕਟ ਕਰ ਸਕਦੇ ਹੋ। ਮੈਂ ਇੱਥੇ ਲੋਕਲ ਹਾਂ ਇੰਡੀਆਨਾਪੋਲਿਸ ਇੰਡੀਆਨਾ ਦੇ ਵਿੱਚ, ਅਤੇ ਆਲੇ ਦੁਆਲੇ 4 ਸਟੇਟਾਂ ਦੇ ਵਿੱਚ ਜਾ ਸਕਦਾ। ਜੇ ਕਿਸੇ ਵੀ ਮਿਸ਼ੀਗਨ, ਓਹਾਓ, ਕੰਟਕੀ ਜਾਂ ਇਲਾਨੋਇਸ, ਸ਼ਿਕਾਗੋ ਦੇ ਵਿੱਚ ਜਾਂ ਮਜ਼ੂਰੀ ਤੱਕ ਵੀ ਆਪਾਂ ਪਹੁੰਚ ਸਕਦੇ ਹਾਂ ਬਾਈ ਕਾਰ, ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਫੋਨ 'ਤੇ, ਜ਼ਰੂਰ ਫੋਨ ਕਰਾਓ ਹੇਠ ਲਿਖੇ ਨੰਬਰਾਂ 'ਤੇ, ਜਾਂ ਮੇਰਾ ਪਰਸਨਲ ਨੰਬਰ ਵੀ ਹੈ 317-5853-5585, ਮੇਰੀ ਈਮੇਲ ਵੀ ਹੈ broad@justbroadcasting.com ਜਾਂ info@broadcasting.com। ਤੁਸੀਂ ਸਾਨੂੰ ਜ਼ਰੂਰ ਈਮੇਲ ਕਰ ਸਕਦੇ ਹੋ, ਸੁਜੈਸ਼ਨ ਦੇ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ
ਫੰਕਸ਼ਨ ਜੋ ਹੈ, ਜੇ ਤੁਸੀਂ ਇੰਡੀਆ ਵੀ ਕਵਰ ਕਰਨੀ ਚਾਹੁੰਦੇ ਹੋ ਤਾਂ ਉੱਥੇ ਵੀ ਚੰਡੀਗੜ੍ਹ ਦੇ ਵਿੱਚ ਜਸ ਟੀਵੀ ਨੇ ਆਫਿਸ ਖੋਲ੍ਹ ਰੱਖਿਆ। ਤੁਸੀਂ ਇੰਡੀਆ ਦੇ ਵਿੱਚ ਵੀ ਕੰਟੈਕਟ ਕਰਨਾ ਚਾਹੁੰਦੇ ਹੋ, ਹੋਰ ਵੀ ਬਾਕੀ ਮੁਲਕਾਂ 'ਚ ਕਿਤੇ ਵੀ ਤੁਸੀਂ ਬੈਠੇ ਹੋ, ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਜਸ ਟੀਵੀ ਦੇ ਨਾਲ, ਜ਼ਰੂਰ ਕਰ ਸਕਦੇ ਹੋ। ਔਰ ਜਸ ਟੀਵੀ ਨੂੰ ਹਰ ਵੇਲੇ ਲੋੜ ਹੁੰਦੀ ਹੈ ਫੈਮਿਲੀ ਮੈਂਬਰਾਂ ਦੀ, ਜਾਂ ਅਸੀਂ ਹੋਰ ਮੈਂਬਰ ਐਡ ਕਰਨਾ ਚਾਹੁੰਦੇ, ਤੁਹਾਡੇ ਦੇ ਵਿੱਚ ਕੋਈ ਟੈਲੈਂਟ ਵੀ ਹੈ, ਤੁਸੀਂ ਉਹ ਟੈਲੈਂਟ ਸਾਹਮਣੇ ਲੈ ਕੇ ਆਉਣਾ ਚਾਹੁੰਦੇ, ਚਾਹੇ ਉਹ ਕਾਮੇਡੀ ਦਾ ਹੋਵੇ, ਚਾਹੇ ਸਿੱਖ ਇਤਿਹਾਸ ਦਾ ਹੋਵੇ, ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕੋਲ ਟੈਲੈਂਟ ਹੈ, ਤੁਸੀਂ ਉਹ ਜ਼ਰੂਰ ਲਿਆ ਸਕਦੇ ਹੋ। ਜਸ ਟੀਵੀ ਨੂੰ ਹਰ ਵੇਲੇ ਭਾਅ ਰਹਿੰਦੀ ਹੈ ਟੈਲੈਂਟ ਵਾਲੇ ਬੰਦਿਆਂ ਦੀ ਔਰ ਐਜੂਕੇਸ਼ਨ ਵਾਲੇ ਬੰਦਿਆਂ ਦੀ, ਕਿ ਅਸੀਂ ਕਲਚਰ ਬਾਰੇ ਦੱਸ ਸਕੀਏ, ਕਮਿਊਨਿਟੀ ਬਾਰੇ ਦੱਸ ਸਕੀਏ, ਇੰਡੀਆ ਬਾਰੇ ਦੱਸ ਸਕੀਏ, ਕਿਉਂਕਿ ਇੰਡੀਆ ਦੇ ਵਿੱਚ ਬੜੇ ਵੱਖਰੇ ਵੱਖਰੇ ਧਰਮ ਨੇ ਔਰ ਵੱਖਰੇ ਵੱਖਰੇ ਧਰਮਾਂ ਦੇ ਵੱਖਰੇ ਵੱਖਰੇ ਜੀਣ ਦੇ ਤਰੀਕੇ ਨੇ। ਲੇਕਿਨ ਐਂਡ 'ਤੇ ਹਰ ਇੱਕ ਧਰਮ ਇਹੀ ਸਿਖਾਉਂਦਾ ਹੈ ਕਿ ਤੁਸੀਂ ਕਿਸੇ ਨਾਲ ਧੋਖਾਧੜੀ ਨਾ ਕਰੋ, ਬੇਈਮਾਨੀ ਨਾ ਕਰੋ। ਹਰ ਧਰਮ ਦੇ ਵਿੱਚ ਇਹੀ ਆ, ਚਾਹੇ ਸਿੱਖ ਧਰਮ ਨਾਲ ਹੋ ਜਾਂ ਹਿੰਦੂ ਧਰਮ ਹੋਵੇ ਜਾਂ ਮੁਸਲਮਾਨ ਹੋਵੇ, ਹਰ ਧਰਮ ਦਾ ਟੀਚਾ ਐਂਡ 'ਤੇ ਇਹੀ ਹੈ ਕਿ ਕਿਰਤ ਕਰੋ ਔਰ ਮਿਹਨਤ ਕਰਕੇ ਆਪਣਾ ਜੋ ਹੈ ਕਮਾਓ ਔਰ ਦੂਜਿਆਂ ਨਾਲ ਧੋਖਾਧੜੀ ਨਾ ਕਰੋ। ਲੇਕਿਨ ਸਾਡੇ ਕੁਛ ਚੰਦ ਬੰਦੇ ਨੇ ਜਿਹੜੇ ਇਹ ਸਿਖਾਉਣ 'ਤੇ ਜ਼ੋਰ ਲੱਗਿਆ ਕਿ ਜਲਦੀ ਨਾਲ ਪੈਸਾ ਕਮਾ ਲਓ, ਜਿੰਨਾ ਜਲਦੀ ਆਊਗਾ ਓਨਾ ਜਲਦੀ ਜਾਊਗਾ, ਜੇ ਆਪਾਂ ਮਿਹਨਤ ਕਰਕੇ ਪੈਸਾ ਹੌਲੀ ਆਊਗਾ ਤੇ ਉਹ ਟਿਕਿਆ ਵੀ ਰਹੂਗਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਧਿਆਨ 'ਚ ਨਹੀਂ ਰੱਖਦੇ, ਜਲਦੀ ਜਲਦੀ ਕਰਦੇ ਆਪਾਂ ਪਹਿਲੋ ਉਮਰ ਲਗਾ ਦਿੰਦੇ ਹਾਂ ਕਿ 20 ਸਾਲ ਤੋਂ ਲੈ ਕੇ ਬੰਦਾ ਦੌੜ ਲੱਗ ਜਾਂਦਾ ਕਿ ਪੈਸਾ ਕਮਾ ਲਈਏ, ਪੈਸਾ ਕਮਾ ਲਈਏ, ਕਮਾਉਂਦਾ ਕਮਾਉਂਦਾ ਪੈਸੇ ਇਕੱਠੇ ਕਰ ਲੈਂਦਾ। 50 ਸਾਲ 'ਤੇ ਜਾ ਕੇ ਬੰਦੇ ਦੀ ਸਿਹਤ ਖਰਾਬ ਹੋ ਜਾਂਦੀ, ਉਹ ਪੈਸਾ ਕਮਾਇਆ ਜਿਹੜਾ ਉਹ ਆਪਣੀ ਸਿਹਤ 'ਤੇ ਲਾਉਣਾ ਸ਼ੁਰੂ ਕਰ ਲੈਂਦਾ। ਫਿਰ ਉਸ ਤੋਂ ਬਾਅਦ ਸੱਟਾਂ ਪੈਂਟਾਂ 'ਤੇ ਜਾ ਕੇ ਪਤਾ ਲੱਗਦਾ ਵੀ ਨਾ ਪੈਸਾ ਰਿਹਾ ਨਾ ਜਵਾਨੀ 'ਚ ਇੰਜੋਏ ਕੀਤਾ, ਸਿਰਫ ਇੱਕ ਦੌੜ ਦਾ ਹੀ ਰੱਖੀ, ਪੈਸਾ 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 ਜ਼ਰੂਰੀ ਹੈ। ਮੈਂ ਮੰਨਦਾ, ਮੈਂ ਇਹ ਨਹੀਂ ਕਹੂੰਗਾ ਕਿ ਪੈਸਾ ਨਹੀਂ ਜ਼ਰੂਰੀ, ਪੈਸਾ ਜ਼ਰੂਰੀ ਹੈ, ਲੇਕਿਨ ਜਿੰਨਾ ਚਾਹੀਦਾ। ਜੇ ਤੁਸੀਂ ਆਪਣਾ ਇੱਕ ਕੰਫਰਟੇਬਲ ਲੈਵਲ ਬਣਾ ਲਓ ਕਿ ਪੈਸਾ ਜਿਹੜਾ ਉਹ ਮੈਨੂੰ ਇੱਥੇ ਤੱਕ ਚਾਹੀਦਾ ਹੁਣ, ਠੀਕ ਹੈ, ਅਤੇ ਉਹਦੇ ਨਾਲ ਤੁਸੀਂ ਵੀ ਸੌਖ ਰਹੋਗੇ, ਤੁਹਾਡਾ ਪਰਿਵਾਰ ਵੀ ਸੁਖੀ ਰਹੂ, ਤੁਹਾਡੇ ਬੱਚੇ ਵੀ ਤੁਹਾਡੇ ਕਹਿਣੇ 'ਚ ਰਹਿਣਗੇ। ਹਾਂ, ਕਿ ਉਹਦੇ ਨਾਲ ਜ਼ਰੂਰੀ ਆ ਕਿ ਇੱਕ ਕੰਫਰਟ ਲੈਵਲ ਬਣਾਓ ਕਿ ਮੈਂ ਦੂਜੇ ਵੱਲਾਂ ਦੇਖੋ ਕਿ ਦੂਜੇ ਦਾ ਕਿੱਡਾ ਵੱਡਾ ਕਾਰ, ਕਿੱਡੀ ਵੱਡੀ ਗੱਡੀ, ਜਾਂ ਦੂਜਾ ਕੀ ਕਰਦਾ। ਆਪਣਾ ਕੰਫਰਟ ਲੈਵਲ ਦੇਖੋ, ਆਪਣੇ ਬੱਚਿਆਂ ਨੂੰ ਸਾਂਭੋ, ਆਪਣੇ ਆਲੇ ਦੁਆਲਿਆਂ ਨੂੰ ਸਾਂਭੋ, ਇਸੇ ਤਰ੍ਹਾਂ ਹੀ ਦੇਖਦੇ ਰਹੋ। ਜਸ ਟੀਵੀ ਆਪਣਾ ਜਿਹੜਾ ਸਮਾਂ ਆ ਉਹ ਹੋ ਚੱਲਿਆ, ਕਿ ਆਪਾਂ ਅੱਜ ਦਾ ਜਿਹੜਾ ਐਪੀਸੋਡ ਆ ਉਹ ਇੱਥੇ ਖਤਮ ਕਰਾਂਗੇ। ਕੱਲ੍ਹ ਫਿਰ 11 ਤੋਂ 12 ਟਿਊਜ਼ਡੇ ਫਿਰ ਪੇਸ਼ ਹੋਵਾਂਗੇ ਆਪਾਂ ਇਸੇ ਤਰ੍ਹਾਂ ਹੀ ਲੈ ਕੇ, ਇੱਕ ਲਾਈਵ ਸ਼ੋਅ, ਇੱਕ ਨਵੀਂ ਗੱਲ, ਨਵੀਂ ਤਕਰੀਰ, ਜਿਹੜੀ ਆਪਾਂ ਹਰ ਵੇਲੇ ਕੋਸ਼ਿਸ਼ ਕਰਦੇ ਹਾਂ ਹਰ ਮੰਡੇ ਟਿਊਜ਼ਡੇ, ਕਿ ਆਪਾਂ ਕੁਛ ਨਾ ਕੁਛ ਨਵਾਂ ਲੈ ਕੇ ਆਈਏ। ਬਿਹੜਾ ਹੋ ਗਿਆ ਅੰਤ ਦਾ, ਦਿਓ ਛੁੱਟੀ, ਕੱਲ੍ਹ ਮਿਲਦੇ ਹਾਂ, ਧੰਨਵਾਦ।